ਅਸੀਂ ਇਹਨੇ ਵੀ ਖੁਸ਼ ਹਾਂ, ਪਰ ਨੇੜੇ ਜਿਹੜੇ ਕਮੀਆਂ ਦੱਸਤੀਆਂ ਨਾ ਉਹ ਦੱਸੋ ਹੁਣ ਕਿੱਦਾਂ ਲੱਗ ਜਾਈਏ। ਚਿਹਰੇ ਤੋਂ ਬੰਦੇ ਖੁਸ਼ ਆ, ਮੰਜ ਕੀ ਕਿੰਨੀ ਖਾ ਰੱਖੀ ਬੈਠਾ ਕਿਸੇ ਦਾ ਤਬਾਰ ਤੋਂ ਆ ਫਾਇਦਾ ਇਹ ਬੰਦਾ ਸੀ ਮਾਸ਼ਕ ਜਮਾ ਨਮੀਰ ਕੀ ਹੋਈ ਤੇਰੇ ਹੈ ਕਿਹੜੇ ਹੋਟਲ 'ਚ, ਮੈਨੂੰ ਨਹੀਂ ਪਤਾ ਉਹ ਕਹਿਣ ਡਿਆ ਸੀ ਕਿਹੜੀ ਹੋਟਲ ਛੱਡ ਗਿਆ ਹੋਵੇ ਮਾੜੀਆਂ ਕਦੀ ਸਾਡੇ ਤਾਂ ਅਸੀਂ ਵਹਿ ਨਹੀਂ ਰਹਿ ਸਕਦੇ ਕਿਉਂਕਿ ਸਾਡੇ ਨਿੱਕੇ ਨੇ ਕੰਮ ਕਰ ਬਹੁਤ ਬਿੰਨ ਬੋਤੇ ਆ ਸਭ ਕੁਝ ਜਾਣਦਾ ਉਹ ਤੇਰਾ ਭਲਾ ਜੇ ਹੈ ਹੈ ਮੇਰਾ ਪੋਤਾ ਕਾਨੂੰ ਗੱਲਾਂ ਵਾਲਾ ਸਰਪੰਚ ਨੇ ਮਿਸ ਕਰਦੇ ਅੱਜ ਤੈਨੂੰ ਮਕਈ ਵੱਢੀ ਗਈ ਤੇ ਇੱਥੇ ਲੜਾ ਲਾ ਟੈਨਸ਼ਨ ਪਾਤੀ ਇੱਕਦਮ ਆ ਇਹਨੂੰ ਕੀ ਹੋ ਗਿਆ ਇਹ ਸਵੇਰੇ ਮਾਤਾ ਨੂੰ ਫੋਨ ਆਇਆ ਬਈ ਕਾਲ ਜੀ ਸਾਰਿਆਂ ਨੂੰ ਲੈ ਵੀ ਮਿੱਤਰਾ ਅੱਜ ਦੇ ਵਲੌਗ ਦੇ ਅੱਜ ਦਿਨ ਦੀ ਸ਼ੁਰੂਆਤ ਕਰਤੀ ਉੱਠਿਆ ਤਾਂ ਮੈਂ ਬੜੇ ਚੀਰਦਾ 7 ਵਜੇ ਉੱਠ ਰਿਹਾ ਮੈਂ ਪਰ 7 ਵਜੇ ਮੈਨੂੰ ਆ ਗਿਆ ਉੱਠਦਿਆਂ ਸਾਰੀ ਬਾਹਰੋਂ ਸਰਪੰਚ ਹੋਣਾ ਦਾ ਫੋਨ ਕਿਤੇ ਪਹਿਲਾਂ ਵੀ ਕਰਨ ਡਿਆ ਕਦੇ ਅਤੇ ਮੈਂ ਸਰਪੰਚ ਨਾਲ ਲੱਗ ਗਿਆ ਹੋਰ ਵੀਡੀਓ ਕਾਲ 'ਤੇ ਸੱਜੀ ਆਪਣੇ ਜੀਣ ਲੱਗਣਾ ਕਹਿੰਦਾ ਭਾਅ ਜੀ ਮੈਨੂੰ ਵਾਪਸ ਬੁਲਾ ਲਓ ਮੈਂ ਕੀ ਕਰੇਗਾ ਆ ਕੇ ਇੱਥੇ ਮੈਂ ਨਜ਼ਾਰੇ ਲੈਣ ਡਿਆ ਜਿੰਮ ਜੁੰਮ ਲਾਉਣ ਡਿਆ ਚਿੱਲ ਕਰਨ ਡਿਆ ਗੱਲ ਕਹਿੰਦੀ ਕਿ ਗੱਡੀ ਨਹੀਂ ਹੈਗੀ ਤਾਂ ਕੋਲ ਆਪਣੀ ਮਰਜ਼ੀ ਨਾਲ ਕਦੇ ਆ ਜਾ ਨਹੀਂ ਸਕਦਾ ਉਹ ਚੀਜ਼ ਦਾ ਬੜਾ ਚੱਕਰ ਪੈਂਦਾ ਹੈ ਇੱਕ ਮਿੰਟ ਥੱਲੇ ਆਵਾਜ਼ਾਂ ਪਈ ਜਾਂਦੀਆਂ ਮੈਂ ਕਰਦਾ ਗੱਲਬਾਤ ਹਾਂ ਬਾਈ ਹਾਂ ਗੁਰਦੁਆਰਾ ਸਾਹਿਬ ਖਡੂਰ ਸਾਹਿਬ ਹਾਂ ਨਹਾਓ ਫਿਰ ਜਾਣਾ ਤਾਂ ਮੈਂ ਛੱਡ ਜਾਣਾ ਜੇ ਆ ਖਡੂਰ ਸਾਹਿਬ ਜਾਣਾ ਮਾਤਾ ਖਡੂਰ ਸਾਹਿਬ ਮੱਥਾ ਟੇਕਣ ਹੋ ਗਈ ਆ ਸਾਡੇ ਸਾਰੇ ਘਰ ਦਾ ਟੈਨਸ਼ਨ ਪਾਤੀ ਇੱਕਦਮ ਆ ਇਹਨੂੰ ਕੀ ਹੋ ਗਿਆ ਇਹ ਸਵੇਰੇ ਮਾਤਾ ਨੂੰ ਫੋਨ ਆਇਆ ਪਹਿਲਾਂ ਵੀ ਮੈਂ ਨਹੀਂ ਰਹਿਣਾ ਮੇਰਾ ਜੀ ਨਹੀਂ ਲੱਗਦਾ ਪੰਜਾਬ ਹੀ ਆ ਅਤੇ ਗੱਲ ਕਹਿੰਦੇ ਜੀ ਨਹੀਂ ਲੱਗਦਾ ਹੈ ਨਾ ਹੁਣ ਮੈਂ ਜਿੱਦਾਂ ਮਰਜ਼ੀ ਕਹੀ ਜਾਵਾਂ ਹੈ ਨਾ ਅਤੇ ਮੇਰਾ ਵੀ ਨਹੀਂ ਲੱਗਦਾ ਗੱਲ ਕਰਦੀ ਹੈ ਕਿ ਚਲੋ ਕੁਛ ਚੀਜ਼ਾਂ ਹੁੰਦੀਆਂ ਕੁਛ ਟਾਈਮ ਹੁੰਦਾ ਨਾ ਇਹ ਦਾਣਾ ਪਾਣੀ ਲਿਖਿਆ ਹੁੰਦਾ ਇਹ ਖਾਣਾ ਪੈਣਾ ਟਾਈਮ ਕੱਢਣਾ ਪੈਣਾ ਮੈਨੂੰ ਸਮਝਾਇਆ ਮੈਂ ਕੋਈ ਗੱਲ ਨਹੀਂ ਅੱਜ ਤਾਂ ਗਏ ਨੂੰ ਮਹੀਨਾ ਵੀ ਨਹੀਂ ਆਇਆ ਮਹੀਨਾ ਕੁ ਲਾ ਹੋਰ ਨਾਲੇ ਮੈਂ ਤੇਰਾ ਲੱਗਾ ਮੈਂ 10 ਸਾਲ ਦਾ ਜਦੋਂ ਮਰਜ਼ੀ ਤੂੰ ਜਾ ਸਕਦਾ ਜਦੋਂ ਮਰਜ਼ੀ ਆ ਸਕਦਾ ਕੋਈ ਚੱਕਰ ਵਾਲੀ ਗੱਲ ਨਹੀਂ ਆ ਅਸੀਂ ਕਿਹੜਾ ਤੈਨੂੰ ਕਿੱਥੇ ਕੰਮ ਕਰਨ ਨੂੰ ਭੇਜਿਆ ਤੈਨੂੰ ਫਨ ਕਰਨ ਨੂੰ ਭੇਜਿਆ ਵਾ ਨਜ਼ਾਰੇ ਲੈ ਹੈ ਨਾ ਗੱਲ ਕਹਿ ਦਈਏ ਕਿ ਉਹ ਗੱਲ ਫਿਰ ਆ ਜਾਂਦੀ ਹੁਣ ਇੱਥੇ ਇੰਡੀਆ ਸੀ ਇੰਡੀਆ ਸਵੇਰੇ ਉੱਠਣਾ ਮਜ਼ੇ ਨਾਲ ਇਹਨਾਂ ਦੀ ਰੂਟੀਨ ਕੀ ਹੁੰਦੀ ਸੀ ਤਿੰਨਾਂ ਜਮ੍ਹਾਂ ਜਾਣਿਆਂ ਦੀ ਅਤੇ ਇਹਨਾਂ ਨੇ ਉੱਠਣਾ ਮਜ਼ੇ ਨਾਲ ਉੱਠ ਕੇ ਨਾ ਥਾਰ ਚੱਕਣੀ ਆ ਥਾਰ ਚੱਕ ਕੇ ਇਹਨਾਂ ਨੇ ਹਵੇਲੀ ਤੋਂ ਚਾਹ ਪੀ ਕੇ ਆਉਣੀ ਸਵੇਰੇ ਸਵੇਰੇ ਇਹਨਾਂ ਦੀ ਆਹ ਰੂਟੀਨ ਸੀ ਇੱਥੇ ਹੈ ਨਾ ਅਤੇ ਉਹ ਚੀਜ਼ਾਂ ਹੁਣ ਉੱਥੇ ਨਹੀਂ ਹੁੰਦੀਆਂ ਉੱਥੇ ਨਵੀਆਂ ਚੀਜ਼ਾਂ ਹੋ ਜਾਣਗੀਆਂ ਪਰ ਆਹ ਚੀਜ਼ਾਂ ਨਹੀਂ ਉੱਥੇ ਹੋਣੀਆਂ ਹੈ ਨਾ ਸਾਰੀਆਂ ਜਿਹੜੀਆਂ ਇੱਥੇ ਹੁਣ ਚੱਲਣ ਡਿਆ ਕੰਮ ਸਿਸਟਮ ਜੋ ਵੀ ਆ ਅਤੇ ਹੁਣ ਸਾਰਾ ਦਿਨ ਅਸੀਂ ਇੱਥੇ ਜਿੱਦਾਂ ਮਤਲਬ ਇਕੱਠੇ ਅਸੀਂ ਸਟੋਰੀਆਂ ਪਾਉਂਦੇ ਹਾਂ ਹੱਸਦੇ ਖੇਡਦੇ ਹਾਂ ਉਹ ਚੀਜ਼ਾਂ ਦੇ ਵਿੱਚ ਸਰਪੰਚ ਰਿਹਾ ਵਾ ਉਹ ਜਦੋਂ ਸਟੋਰੀਆਂ ਵੇਂਹਦਾ ਵਾ ਤਾਂ ਜੀ ਕਰਦਾ ਕਿ ਮੈਂ ਕਿਉਂ ਨਹੀਂ ਉੱਥੇ ਹੈਗਾ ਹੈ ਨਾ ਹੁਣ ਵੀ ਆਡੇ ਜਿੱਥੇ ਤੁਰੇ ਫਿਰਦੇ ਰਹਿੰਦਾ ਸੀ ਹੁਣ ਉਹ ਚੀਜ਼ ਨੂੰ ਮਿਸ ਕਰਦਾ ਹੈ ਨਾ ਤਾਂ ਕਰਕੇ ਫਿਰ ਮੈਂ ਕੋਈ ਨਹੀਂ ਕੱਢ ਥੋੜ੍ਹਾ ਟਾਈਮ ਤੈਨੂੰ ਬੁਲਾਉਂਦੇ ਹਾਂ ਹੈ ਨਾ ਟਿਕਟ ਉਟ ਵੇਹਨੇ ਅੱਜ ਜੇ ਹੋਈ ਮਾੜੀ ਮੋਟੀ ਸਸਤੀ ਫਿਰ ਬੁਲਾ ਲੈਂਦੇ ਹੈ ਕੀ ਆਉਂਦਾ ਮੈਂ ਤਾਂ ਮੈਨੂੰ ਕਮੈਂਟ ਬੜੇ ਕਰਨ ਡੇ ਵੀਰ ਭਰਾ ਕਹਿੰਦੇ ਮਾਂ ਵੀ ਇਹਨੂੰ ਕੱਦੂ ਵਾਲੇ ਵਲੋਗਾਂ ਤੋਂ ਪਹਿਲਾਂ ਸੱਦ ਲਓ ਕਿ ਲਾਲਾ ਉਹਨੇ ਕਰਾਉਣੀ ਆ ਵਿਹਨੇ ਆ ਜਾਣ ਮੇਰੀ ਕੀ ਬਣਦਾ ਹੈ ਨਾ ਅਤੇ ਫਿਰ ਵੇਖ ਲਾਂਗੇ ਜੋ ਵੀ ਮਾਹੌਲ ਬਣਦਾ ਫਿਰ ਉੱਦਾਂ ਕਰ ਲਾਂਗੇ ਬਾਕੀ ਜਾਣ ਮੇਰੀ ਜਿਹੜਾ ਆਪਣਾ ਪਿਆਰ ਹੁੰਦਾ ਨਾ ਆਪਣੇ ਭੈਣ ਭਰਾਵਾਂ ਪ੍ਰਤੀ ਇਹ ਥੋੜ੍ਹਾ ਜਿਹਾ ਦੂਰ ਹੋ ਗਈ ਪਤਾ ਲੱਗਦਾ ਹੈ ਨਾ ਜਦੋਂ ਆਪਾਂ ਇਕੱਠੇ ਰਹਿਣ ਦਿੰਦੇ ਉਦੋਂ ਆਪਾਂ ਨੂੰ ਇੱਕ ਦੂਜੇ ਦਾ ਜਿਹੜਾ ਅੰਦਰ ਇਮੋਸ਼ਨ ਹੁੰਦੇ ਪਿਆਰ ਹੁੰਦੇ ਉਹ ਨਹੀਂ ਦਿਖਦੇ ਹੈ ਨਾ ਜਦੋਂ ਆਪਾਂ ਦੂਰ ਹੁੰਦੇ ਹਾਂ ਫਿਰ ਅਹਿਸਾਸ ਹੁੰਦਾ ਕਿ ਆਪਾਂ ਇੱਕ ਦੂਜੇ ਲਈ ਕਿੰਨੇ ਜ਼ਰੂਰੀ ਸੀ ਜਾਂ ਕਿੰਨਾ ਇੱਕ ਦੂਜੇ ਨਾਲ ਆਪਣਾ ਤੇਮ ਉਹੀ ਹੈ ਨਾ ਅਤੇ ਹੁਣ ਉੱਥੇ ਬਾਹਰ ਵੀ ਗਿਆ ਅਤੇ ਉਹ ਦੱਸਣ ਦੇ ਘਰ ਦੇ ਕਹਿੰਦੇ ਉਹਨੂੰ ਕੋਈ ਵੀ ਗੱਲ ਕਹੀ ਦੀ ਆ ਅਤੇ ਉਹ ਗਾੜੀ ਉਹ ਕਹਿੰਦਾ ਕਿ ਜੇ ਭਾਅ ਜੀ ਕਹੂਗਾ ਤਾਂ ਮੈਂ ਫਿਰ ਕਰਨੀ ਆ ਹੈ ਨਾ ਕਿ ਉਹਦੇ ਨਾਲ ਮੇਰਾ ਕਹਿ ਲਈ ਕਿ ਤੇਮ ਉਹ ਨਿੱਕਿਆਂ ਤੋਂ ਹੀ ਨਿਗਾਹ ਜਾਂਦਾ ਸੀ ਜਦੋਂ ਮੈਂ ਢਿੱਡ ਦੇ ਬਹਾ ਕੇ ਉਹਨੂੰ ਰੋਟੀਆਂ ਖਵਾਉਂਦਾ ਜਮਾਂ ਛੋਟਾ ਜਾਂਦਾ ਸੀ ਹੈ ਨਾ ਅਤੇ ਮੇਰੇ ਤੋਂ 10-11 ਸਾਲ ਦਾ ਫਰਕ ਆ ਇਹਦਾ
ਅਤੇ ਨਿੱਕੇ ਜਿਹੇ ਨੂੰ ਨਾਲ ਲਈ ਫਿਰਨਾ, ਉਹ ਨਿੱਕਾ ਨਿੱਕੇ ਤੋਂ ਲੈ ਕੇ ਹੁਣ ਤੱਕ ਮੇਰੇ ਨਾਲ ਹੀ ਰਿਹਾ ਹੈ ਨਾ, ਅਤੇ ਉਸ ਚੀਜ਼ ਦਾ ਕਰਕੇ ਉਹਨੂੰ ਹੁੰਦਾ ਕਿ ਹੁਣ ਮੈਂ ਗੱਲਾਂ ਭਾਅ ਜੀ ਉੱਥੇ, ਅਤੇ ਉਹ ਥੋੜ੍ਹੇ ਦਿਨ ਮੈਨੂੰ ਚਾਅ ਹੈਗਾ ਸੀ ਬਾਹਰ ਜਾਣ ਦਾ, ਹੁੰਦਾ ਹਰ ਇੱਕ ਨੂੰ ਹੈ ਨਾ, ਪਰ ਜਿੱਦਣ ਇਹਨਾਂ 'ਤੇ ਗਿਆ ਸੀ ਉੱਦਣ ਵੀ ਜਦੋਂ ਉਹਨੇ ਮੈਨੂੰ ਜੱਫੀ ਪਾਈ ਜਾਣ ਲੱਗਿਆ ਹੈ ਨਾ, ਉਹ ਅਸੀਂ ਵਲੋਗ 'ਚ ਸ਼ੋਰਟ ਸ਼ੂਟ ਨਹੀਂ ਲਿਆ ਸੀ, ਮੈਨੂੰ ਇਹ ਕਿਤੇ ਰੋਣਾ ਪਵੇ ਕਿਤੇ ਹੈ ਨਾ, ਅਤੇ ਆਪਾਂ ਕਦੀ ਉਹ ਚੀਜ਼ ਕਦੀ ਵਿਖਾਈ ਨਹੀਂ ਵਲੋਗ 'ਚ ਕਿ ਬੰਦਾ ਰੋਂਦਾ ਹੋਵੇ, ਅਤੇ ਉਹ ਜਦੋਂ ਇਹ ਜੱਫੀ ਪਾਈ ਅਤੇ ਇਹਨੇ ਮਾਂਜਾ ਭਰ ਲਿਆ, ਅਤੇ ਮੈਂ ਗਾੜੀਆਂ ਫਿਰ ਵੀ ਇਹਨੂੰ ਹੱਸ ਕੇ ਕਿਹਾ ਕੋਈ ਨਹੀਂ ਸਰਪੰਚਾ ਤਗੜਾ ਉਹ ਹੈ ਨਾ, ਜੇ ਮੈਂ ਵੀ ਗਾੜੀ ਮਾਂਜਾ ਭਰਦਾ ਇਹਨੇ ਰੋ ਪੈਣਾ ਸੀ, ਅਤੇ ਤਾਂ ਕਰਕੇ ਜਿੱਥੇ ਕਹਿੰਦੇ ਨੇ ਭੈਣ ਭਰਾਵਾਂ ਨਾਲ ਜਿਹੜਾ ਪਿਆਰ ਹੈ ਉਹ ਥੋੜ੍ਹਾ ਦੂਰ ਹੋਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਨਾ, ਬਾਕੀ ਬੁਲਾਵਾਂਗੇ ਛੇਤੀ ਨਾਲ ਲੱਗਦੀ ਹੈ ਕਿ ਆਹ ਵਿਊ ਲੱਭਣਾ ਉੱਥੇ ਹੈ ਸਰਪੰਚ ਹੋਣਾਂ ਨੂੰ ਕਾਹਨੂੰ ਗੱਲਾਂ ਵਾਲਾ ਸਰਪੰਚ ਨਹੀਂ ਮਿਸ ਕਰਦੇ, ਜਿੱਦਣ ਮਕਈ ਵੱਢੀ ਗਈ ਤਾਂ ਇੱਥੇ ਲੜਾ ਲੜਾ ਹੁੰਦੀ ਨਹੀਂ ਹੈ ਗੱਡੀਆਂ ਦੇ ਨਾਲ, ਹੈ ਨਾ, ਚੱਲਿਆ ਜੀ ਮਿੱਤਰਾ, ਬਾਕੀ ਆਪਾਂ ਚਲੀਏ ਹੁਣ ਨਹਾ ਧੋ ਕੇ ਗੁਰਦੁਆਰਾ ਸਾਹਿਬ ਦੀ ਕਰੀਏ ਤਿਆਰੀ, ਪਿਛਲੇ ਆਪਾਂ ਐਤਵਾਰ ਗਏ ਸੀ ਆਪਣੇ ਬਾਬਾ ਬੁੱਢਾ ਸਾਹਿਬ, ਅਤੇ ਐਤਕੀ ਸਾਡਾ ਕਰਦਾ ਹੈਗਾ ਵਾ ਖਡੂਰ ਸਾਹਿਬ ਜਾਣ ਦਾ, ਹੈ ਨਾ, ਅਤੇ ਗੁਰੂ ਮਹਾਰਾਜ ਦਰਸ਼ਨ ਮਿਲੇ ਕਰਕੇ ਉਹਨੇ ਫਿਰ ਕਹਿੰਦੇ ਅਗਲਾ ਮਾਹੌਲ ਕੀ ਬਣਦਾ ਵਧਾਣ, ਕੀ ਗੱਲ ਆ ਹੈ, ਕੀ ਗੱਲ ਆ, ਮੇਰਾ ਪੁੱਤ ਕਿੱਦਾਂ ਫਿਰ ਤੜਕੇ ਮਾਰਦਾ ਮਦਨ ਇੰਦਰ, ਹੈ ਨਾ, ਖਰਾਬੀਆਂ ਕਰਦਾ ਨਾ, ਖਰਾਬੀ ਕਰਦਾ ਸੀ ਹੈ ਓਏ, ਤੜਕੇ ਮਾਰਦਾ ਨਾ ਮਦਨ ਇੰਦਰ, ਕੋਕੋ ਸੱਕ ਲਵਾ ਲਈ ਤੂੰ ਹੈ, ਤੇਰੇ ਜੁੱਟ ਨੇ ਲਾਈ ਆ, ਮੈਂ ਅੱਖੀ ਵੇਖਿਆ ਤੇਰੀ ਲੱਤੇ ਪੈਰ ਨਹੀਂ ਰੱਖਿਆ ਕੁੜੀ, ਹੱਡ ਪੈਰ ਵਾਲੇ ਭਾਰੇ ਇਹਦੇ 'ਤੇ, ਕੋਕੋ ਦੇ ਕਿਤੇ ਪੈਰ ਰੱਖਿਆ ਗਿਆ ਲੱਤ 'ਤੇ, ਅਤੇ ਕੋਕੋ ਹੁਣਾਂ ਦੀ ਆਊਂ ਆਊਂ ਹੋ ਗਈ ਹੈ, ਕੀ ਗੱਲ ਹੈ, ਹਾਂ ਭਾਈ ਦੂਜੀ ਦੇ ਨਾਲ ਆਇਆ ਜੇ, ਦੂਜੀ ਨਾਲ ਹੈਂ, ਕੀ ਲੱਗਦਾ ਤੁਹਾਡਾ ਇਹ ਚਾਚਾ, ਉੱਥੇ ਰਾਹ ਭਲਾ ਜੇ ਹੈਂ, ਚਾਚਾ ਲੈ ਕੇ ਆਇਆ ਨਾਲ ਫਿਰ ਤੁਹਾਨੂੰ, ਕਿਆ ਬਾਤ ਹੈ, ਲੈ ਵੀ ਇਹ ਵੀਰ ਵੀ ਆਏ ਜੀ, ਕਿੱਥੋਂ ਆਏ ਸ਼ਾਹ ਜੀ, ਕਿਆ ਬਾਤ ਹੈ, ਸਵੇਰੇ ਸਵੇਰੇ ਹੈਂ, ਕੀੜ ਚੜਾਉਣਾ ਇਹ ਬਾਬੇ ਲੱਗਦਾ, ਡੋਲੂ ਡੋਲੂ ਟੰਗਿਆ ਨਾਲ ਵੀਰ ਹੋਣਾ ਨੇ, ਕਿਆ ਬਾਤ, ਇਸ ਬਾਬਾ ਬਣ ਗਿਆ ਹੈ ਮਿੱਤਰਾ ਜੀ, ਯਾਰ ਹੋਣੀ ਤੋਂ ਗਏ ਜੀ ਰੈਡੀ, ਅਤੇ ਮੈਂ ਨਾ ਚਾਚੇ ਸੋੜੀ ਭਾ ਕੇ ਲਿਆਇਆ, ਮੈਂ ਹਾਂ ਮਤਲਬ ਹੋਰ ਤਿਆਰ, ਅਸੀਂ ਜਾਣਾ ਅੱਜ ਖਡੂਰ ਸਾਹਿਬ, ਅਤੇ ਸੋਢੀ ਭਾਅ ਨੂੰ ਭਾ ਗਿਆ ਆਪਾਂ ਇੱਥੋਂ ਪਰਾਂ ਨਹੀਂ ਪਰਾਂ ਨਿਕਲੀਏ, ਮਿੱਤਰਾ ਚੱਲੀਏ ਚਾਚੇ ਸੋਢੀ ਵੱਲ, ਖੁਸ਼ੀ ਬੰਦੇ ਪੂਰੇ ਅੱਜ ਹੈ, ਕਿਆ ਬਾਤ, ਚੋਲਾ ਸਾਹਿਬ ਨਗਰ ਡਿਸਟ੍ਰਿਕਟ ਤਰਨ ਤਾਰਨ ਵਿੱਚ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਨੰਬੇਰਾ ਸਮਾਂ ਉੱਥੇ ਰਹੇ ਨੇ, ਨੰਬੇਰਾ ਸਮਾਂ ਗੁਰੂ ਹਰਗੋਬਿੰਦ ਸਾਹਿਬ ਵੀ ਉੱਥੇ ਰਹੇ ਨੇ, ਉੱਥੋਂ ਦਾ ਇੱਕ ਸੰਤ ਸੀ ਭਾਈ ਅਦਲੀ, ਜਿਸ ਨੇ ਬਾਬਾ ਬਿਧੀ ਚੰਦ ਨੂੰ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਹਾਜ਼ਰ ਕੀਤਾ ਸੀ ਸ੍ਰੀ ਅੰਮ੍ਰਿਤਸਰ, ਗੁਰੂ ਅਰਜਨ ਸਾਹਿਬ ਦੇ ਨਾਮ ਵਿੱਚ ਕਿੰਨੀ ਤਾਕਤ ਹੈ, ਕਿੰਨੀਆਂ ਬਖਸ਼ਿਸ਼ਾਂ ਉਹਦਾ ਨਾਮ ਜਪਿਆਂ ਮਿਲਦੀਆਂ ਨੇ, ਕਿਵੇਂ ਤੱਤੀ ਵਾਹ ਨਹੀਂ ਲੱਗਣ ਦਿੰਦਾ ਉਹਦਾ ਨਾਮ ਜਿਹੜਾ ਹੈ, ਥੋੜਾ ਜਿਹਾ ਧਿਆਨ ਦਿਓ, ਆਪਾਂ ਵਡਿਆਈ ਕਰ ਰਹੇ ਹਾਂ ਗੁਰੂ ਅਰਜਨ ਸਾਹਿਬ ਦੀ, ਗੁਰੂ ਅਰਜਨ ਸਾਹਿਬ ਦੇ ਦਰ ਤੇ ਬਾਬਾ ਬਿਧੀ ਚੰਦ ਜੀ ਹਾਜ਼ਰ ਹੋਏ, ਤੇ ਬਿਨ ਬੋਲਿਆਂ ਸਭ ਕੁਛ ਜਾਣਦਾ ਕੁੱਲ ਕਾਇਨਾਤ ਦੇ ਮਾਲਕ ਨੇ ਪੁੱਛਿਆ, ਬਾਬਾ ਬਿਧੀ ਚੰਦ ਆ ਗੁਰੂ ਘਰ ਦੀ ਯਾਦ ਕਿਵੇਂ ਆਈ, ਕਹਿੰਦੇ ਚਾਚਾ ਸੋਢੀ ਸ਼ੋਭਰ ਕਹਿੰਦੇ ਤਿਆਰ ਹੋ ਗਿਆ ਜੀ, ਸ਼ੋਭਰ ਟਮਾ ਲੈ ਲਈ ਆਹ ਕੀਤੀ ਅੱਜ ਗੱਲ ਵਧੀਆ, ਚੱਪਲਾਂ ਪਾ ਕੇ ਚਾੜ ਲੈਂਦਾ ਐਵੇਂ, ਸ਼ਹਿਰ ਵੀ ਆਪਾਂ ਇਹਨਾਂ 'ਚ ਜਾਣਾ ਅੱਜ, ਚੱਲੀਏ ਕਰੀਏ ਗੁਰੂ ਮਹਾਰਾਜ ਦਰਸ਼ਨ ਮੇਲੇ, ਲੈ ਵੀ ਮਿੱਤਰਾ
ਗੁਰੂ ਮਹਾਰਾਜ ਦਰਸ਼ਨ ਮਿਲੇ ਕਰਕੇ ਆ ਗਏ ਜੀ। ਅੱਜ ਨਾ ਵਲੋਗ ਦੇ ਸ਼ੋਟ ਨਹੀਂ ਲਏ, ਇੱਥੇ ਫੋਨ ਮੈਂ ਗੱਡੀ ਰੱਖ ਗਿਆ, ਗੱਡੀ 'ਚੋਂ ਆ ਗਏ ਫਿਰ ਬਾਅਦ 'ਚੋਂ ਆਪਣੇ ਕਲਾ ਚੱਲਣ ਡੀ ਬਾਬਾ ਜੀ ਦੀ ਸੁਣਦੇ ਸੁਣਦੇ ਘਰ ਨੂੰ ਆ ਗਏ। ਅਤੇ ਪਰ ਅੱਜ ਇਹ ਹੈ ਕਿ ਅੱਜ ਅਸੀਂ ਕਾਫੀ ਟਾਈਮ ਉੱਥੇ ਮਤਲਬ ਕਿ ਬੈਠੇ ਰਹੇ ਅਤੇ ਕੀਰਤਨ ਚੱਲਦਾ ਪਿਆ ਸੀ ਅਤੇ ਬੜਾ ਆਨੰਦ ਆਉਣ ਡਿਆ ਸੀ। ਅਤੇ ਮੈਂ ਸਾਰੇ ਭਰਾਵਾਂ ਨੂੰ ਕਹਿੰਦਾ ਹੁੰਦਾ ਜਿਹੜੇ ਤੁਸੀਂ ਵਲੋਗ ਕਹਿੰਦੇ ਜੀ, ਚਲੋ ਤਾਂ ਰੋਜ਼ ਨਹੀਂ ਜਾ ਜਾਂਦਾ, ਚਲੋ ਅਸੀਂ ਤਾਂ ਰੋਜ਼ ਜਾਂਦੇ ਹੈ ਨਾ, ਸਾਡਾ ਤਾਂ ਮਾਲਕ ਦੀਆਂ ਮਿਹਰਾਂ ਰਹਿਮਤਾਂ ਨਾਲ ਸਾਡਾ ਰੋਜ਼ ਹੀ ਸਬੱਬ ਬਣ ਜਾਂਦਾ ਕਿ ਸਾਨੂੰ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਦਾ ਹੈ ਨਾ ਮੌਕਾ ਮਿਲਦਾ। ਕਿਉਂਕਿ ਇਹ ਚੀਜ਼ ਇੱਦਾਂ ਹੁੰਦੀ ਜਾਣ ਮਿਲੀ, ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲਓ ਨਾ, ਜਿੰਨਾ ਚਿਰ ਉਹਦਾ ਹੁਕਮ ਨਹੀਂ ਹੁੰਦਾ ਤੁਸੀਂ ਨਹੀਂ ਜਾ ਸਕਦੇ। ਸਮਝ ਲਓਗੇ ਜੇ ਤੁਸੀਂ ਨਹੀਂ ਨਾ ਜਾਇਆ ਜਾਣ, ਤੁਹਾਡੇ ਰੱਬ ਦੀਆਂ ਮਿਹਰਾਂ ਰਹਿਮਤਾਂ ਨਹੀਂ ਹੈਗੀਆਂ। ਅਸੀਂ ਉਹ ਰੋਜ਼ ਜਾਂਦੇ ਹਾਂ, ਸੇਵਾ ਕਰਦੇ ਹਾਂ ਅਤੇ ਅਸੀਂ ਇਹ ਚੀਜ਼ ਨੂੰ ਮੰਨਦੇ ਹਾਂ ਸਾਡੇ 'ਤੇ ਰੱਬ ਦੀ ਮਿਹਰ ਰਹਿਮਤ ਹੈ ਹੈ ਨਾ, ਕਿਉਂਕਿ ਉਹਦੇ ਹੁਕਮ ਤੋਂ ਬਿਨਾਂ ਤਾਂ ਪੱਤਾ ਨਹੀਂ ਹਿਲਦਾ, ਉੱਥੇ ਜਾਣਾ ਤਾਂ ਬੜੀ ਦੂਰ ਦੀ ਗੱਲ ਆ। ਤਾਂ ਕਰਕੇ ਤੂੰ ਉਹਦੇ ਘੜੀ ਅਰਦਾਸ ਬੇਨਤੀ ਕਰਿਆ ਕਰੋ, ਸੱਚੇ ਪਾਤਸ਼ਾਹ ਸਾਡੇ 'ਤੇ ਮਿਹਰ ਰਹਿਮਤਾਂ ਕਰ ਹੈ ਨਾ, ਕਿ ਅਸੀਂ ਇਹ ਪਾਸੇ ਲੱਗੀਏ। ਕਿਉਂਕਿ ਜ਼ਿੰਦਗੀ ਦੇ ਵਿੱਚ ਸਾਰਾ ਕੁਛ ਜਿੰਨਾ ਵੀ ਆਪਾਂ ਲਈ ਫਿਰਦੇ ਤਾਮਾ ਜਾਮਾ ਇਸ ਚੀਜ਼ਾਂ ਦਾ ਕੋਈ ਫਾਇਦਾ ਨਹੀਂ, ਸਭ ਇੱਥੇ ਰਹਿ ਜਾਣੀਆਂ। ਉਹਦਾ ਨਾਮ, ਜਿਹੜੀ ਆਪਣੀ ਪੜ੍ਹੀ ਹੋਈ ਬਾਣੀ ਆ, ਆਪਣੀ ਕੀਤੀ ਹੋਈ ਸੇਵਾ, ਇਹੋ ਹੀ ਆਪਣੇ ਨਾਲ ਜਾਣੀ ਆ ਹੈ ਨਾ। ਚੰਗੇ ਕਰਮ ਕਰੋ ਵੱਧ ਤੋਂ ਵੱਧ, ਠੀਕ ਹੈ ਮੇਰੀ ਜਾਨ। ਬਾਕੀ ਆ ਜਾਓ, ਭੁੱਖ ਲੱਗੀ ਆ, ਪ੍ਰਸ਼ਾਦਾ ਛਕਿਆ ਸੀ, ਪਰ ਇਹ ਹੈ ਕਿ ਕਾਫੀ ਟਾਈਮ ਬੈਠੇ ਰਹੇ। ਹਾਂ ਕੁਛ ਨਹੀਂ ਹੋਣਾ ਜਾਣ, ਕੁਛ ਨਹੀਂ ਹੋਣਾ ਜਾਓ, ਫਰੂਟ ਕੱਟੋ, ਕੋਈ ਗੱਲ ਨਹੀਂ ਕਰਨੀ। ਆਹ ਬੰਦਾ ਮੇਰੇ ਤਰਲੇ ਮਾਰਨ ਡਿਆ ਕੱਲ੍ਹ ਦੇ, ਕਹਿੰਦਾ ਮੇਰਾ ਜੋ ਬੋਲਿਆ ਉਹਨੂੰ ਦੂਜੇ ਪਾਸੇ ਬੋਲਦੇ, ਇੱਦਾਂ ਕਿੱਦਾਂ ਬੋਲਦੇ, ਸਹੀ ਹੈ ਜੋ ਆਪੇ ਸਹੀ ਵਾ, ਆਪੇ ਬੋਲਦਾ ਹੈ। ਹੈਂ ਇਹ ਤੇਰੇ ਕੱਲੇ ਥੋੜ੍ਹੀ ਬਾਬੇ ਦੇ ਬੜੇ ਹੱਸਦੇ ਸੀ, ਉਦੋਂ ਬਾਬੇ ਦੇ ਬੋਲਿਆ ਤਾਂ ਬੜਾ ਹੱਸਦੇ। ਕੱਲ੍ਹ ਆਪਣੀ ਸਵਾਰੀ ਆ ਗਈ, ਦੋ ਬੰਦੇ ਰਹਿ ਗਏ ਮੰਨਾ ਅਤੇ ਗੋਰੀ, ਜੇ ਉਹ ਫੜੇ ਗਏ ਤਾਂ ਉਹਨਾਂ ਦਾ ਵੀ ਨੰਬਰ ਲੱਗ ਜਾਂਦਾ, ਪਰ ਉਹਨਾਂ ਨੇ ਫੋਨ ਸਾਫ਼ ਕਰ ਲਿਆ ਵੀ ਨਾ, ਮੈਨੂੰ ਪਤਾ ਲੱਗ ਗਿਆ, ਚੱਲ ਚੱਲ ਕੇ ਫੜੋ ਫੋਨ ਉਹਨਾਂ ਦੇ ਜੀ। ਲੈ ਵੀ ਮਿੱਤਰਾ, ਗੱਲ ਕਾਹਦੀ, ਘਰੇ ਰਹਿਣ ਨੂੰ ਕਿਹਦਾ ਜੀ ਕਰਦਾ ਹੈ, ਗੱਲ ਕਾਹਦੀ, ਸਾਡੇ ਤਾਂ ਅਸੀਂ ਵੈਸੇ ਨਹੀਂ ਰਹਿ ਸਕਦੇ ਕਿਉਂਕਿ ਸਾਡੇ ਨਿੱਕੇ ਨਿੱਕੇ ਕੰਮ ਕਾਰ ਬਹੁਤ ਜ਼ਿਆਦਾ ਹੁੰਦੇ ਆ। ਚਾਚਾ ਸੋਢੀ ਮੁਤਾ ਕੇ ਤਾਂ ਮੈਂ ਤਾਂ ਕਾਲੀ ਵੀਰ ਨੇ ਕੀਤੀ ਸਲਾਹ ਗਿਆ, ਆਪਾਂ ਪਿੰਡ ਕੀ ਕਰਾਂਗੇ, ਇਸ ਤਰ੍ਹਾਂ ਬੈਠੇ ਕਦੀ ਪੈਂਥਲ ਵੇਖਾਂ, ਕਦੀ ਪੈਂਥਲ ਵੇਖਾਂਗੇ, ਹੈ ਨਾ। ਗਰਮੀ ਹੋ ਰਹੀ ਆ, 6 ਵਜੇ ਤੱਕ ਵੈਸੇ ਨਹੀਂ ਬਾਹਰ ਨਿਕਲਿਆ ਜਾਣਾ, ਪਰ ਅਸੀਂ ਸੋਚਿਆ ਕਿ ਸ਼ਹਿਰ ਚੱਲਦੇ ਹਾਂ, ਨਾਲੇ ਦੋ ਚਾਰ ਚੀਜ਼ਾਂ ਘਰ ਦੇ ਵੇਖਣੀਆਂ ਸੀ, ਇੱਕ ਤਾਂ ਜਿਹੜੀਆਂ ਘਰ ਆਪਣਾ ਬਾਥਰੂਮਾਂ ਦੇ ਜਿਹੜਾ ਸਮਾਨ ਲੱਗਣਾ ਉਹ ਵੇਖ ਕੇ ਆਉਣੀ, ਨਿਗਾਹ ਮਾਰ ਕੇ ਆਉਂਦੇ ਹਾਂ, ਨਾਲੇ ਰੇਟ ਦਾ ਪਤਾ ਕਰਾਂਗੇ ਕਿ ਹੱਥ ਪੈਣ ਡਿਆ ਕਿ ਨਹੀਂ ਪੈਣ ਡਿਆ, ਜੇ ਕੀ ਮਾਹੌਲ ਚੱਲ ਚੱਲਣ ਡਿਆ, ਇਸ ਕਰਕੇ ਅਸੀਂ ਚੱਲੇ ਹਾਂ ਸ਼ਹਿਰ। ਨਾਲੇ ਰਾਣੀ ਆਪਣੀ ਕਰਾਉਂਦੇ ਆ ਜੀ ਸਟੀਮ ਵਾਸ਼, ਕਿਉਂਕਿ ਘਰੇ ਉਹ ਗੱਲ ਨਹੀਂ ਬਣਦੀ, ਬਿੱਥਾਂ ਬੁੱਥਾਂ 'ਚ ਘੱਟਾਂ ਮਿੱਟੀ ਚੱਕੜ ਚੁੱਕੜ ਰਹਿ ਹੀ ਜਾਂਦਾ। ਹਜੇ ਆਪਾਂ 5-7 ਦਿਨ ਤੱਕ ਹਜੇ ਹੈਗਾ ਕੱਦੂ ਵਾਲੇ ਬਲੋਗ, ਹਜੇ ਟਾਈਮ ਲੱਗਣਾ, ਤਾਂ ਕਰਕੇ ਆ ਕਿ ਅੱਜ ਥੋੜ੍ਹੇ ਜਿਹੀ ਜਾਣਾ ਤਾਂ ਹੈਗਾ ਅੰਮ੍ਰਿਤਸਰ, ਗੱਡੀ ਸ਼ਾਹ ਦੇ ਕੋਲ ਲਾ ਕੇ ਆਪਾਂ ਅਤੇ ਫਿਰ ਬਾਜ਼ਾਰ ਵਾਲੇ ਕੰਮ ਕਰ ਆਵਾਂਗੇ। ਕਿਉਂਕਿ ਮੈਨੂੰ ਇਹ ਹੈ ਕਿ ਬਿੱਥਾਂ ਬੁੱਥਾਂ ਘੱਟਾਂ ਨਿਕਲਦਾ ਨਹੀਂ, ਸਟੀਮ ਵਾਸ਼ ਨਾਲ ਇਹ ਹੈ ਕਿ ਸਾਰੀਆਂ ਸੀਟਾਂ ਸੂਟਾਂ ਐਂ ਸਾਰੀਆਂ ਥੱਲਿਓ ਵੀ ਮੈਟਾਂ ਮੋਟਾਂ ਥੱਲਿਓ ਜਿਹੜੀ ਆਪਣੀ ਫੋਮ ਜਿਹੀ ਲੱਗੀ ਹੁੰਦੀ ਸਾਰੀਆਂ ਗੱਡੀਆਂ ਜਮ੍ਹਾਂ ਹੀ ਓਕੇ ਰਿਪੋਰਟ ਹੋ ਜਾਂਦੀ ਆ। ਜਾਣਾ ਤਾਂ ਹੈਗਾ, ਮੈਂ ਸ਼ਿਰ ਕਰਾ ਲਿਆਵਾਂਗੇ। ਮੈਂ ਤਾਂ ਮੰਨੇ ਨੂੰ ਕਹਿ ਤਾ ਉੱਥੇ, ਮੰਨਾ ਤਾਂ ਭੁੱਲਰ ਸ਼ਹਿਰ ਹੀ, ਮੈਂ ਤੁਸੀਂ ਇੱਥੇ ਰੱਖੋ, ਆਹ ਗੱਡੀਆਂ ਆਪਾਂ ਲਾ ਦੇਣੀ ਤਾਂ ਆਪਾਂ ਉੱਥੇ ਸੁੱਟ ਜਾਣਾ, ਨਾਲੇ ਉਹ 'ਚ ਵਿੱਚ ਥੋੜ੍ਹੀ ਜਿਹੀ ਪਛਾਣ ਘੱਟ ਹੁੰਦੀ ਸਾਰ ਉਹਨਾਂ ਦੀ, ਮਜ਼ੇ ਨਾਲ ਤੁਰੇ ਫਿਰਦੇ ਰਹੀਦਾ, ਕੋਈ ਗੱਲ ਨਹੀਂ ਬਾਅਦ ਨਹੀਂ ਲੈਣਾ ਨਹੀਂ ਦੇਣਾ ਨਹੀਂ ਨਾ ਤਾਂ। ਲੈ ਵੀ ਮਿੱਤਰਾ ਅੰਬਰਸਰ ਆਏ ਸੀ, ਇਹਦੇ ਬਾਥਰੂਮਾਂ ਦਾ ਸਮਾਨ ਹੀ ਬੜਾ ਮਹਿੰਗਾ, ਕੁੜੀ ਆ ਵੀ ਸੀਟ ਜਾਂਦੀ ਜੈਗੋਆਰ ਦੀ, ਜੈਗੋਆਰ ਦੀ 20-25 ਹਜ਼ਾਰ ਤੋਂ 15 ਤੋਂ ਸਟਾਰਟਿੰਗ ਆ, ਘੱਟ ਤੋਂ ਘੱਟ ਜੇ ਹੌਲੀ ਜਿਹੀ ਲੈਂਦੇ ਕੁੜੀ, ਨਿੱਕੀ ਜਿਹੀ ਸੀਟ ਹੀ ਉਹ 10,500 ਦੀ, ਤਾਂ ਸਾਡਾ ਸੁੱਤਰ ਲੈਣਾ ਬਹਿਣ ਪਾਉਂਦਾ ਜੀ, ਕੰਮ ਔਖਾ ਹੀ ਹੈ, ਤਾਂ ਕਿ ਕੰਮ ਮਹਿੰਗਾ ਲਾਉਣਾ ਆਪਣਾ, ਇੱਕ ਲੱਗਣੀ ਦੁਬਾਰਾ ਦੁਬਾਰਾ ਤਾਂ ਲੱਗਣੀ ਨਹੀਂ, ਪੁੱਟ ਪੁੱਟ ਕੇ ਕੀ ਜਾਂਦਾ, ਚੱਕਰ ਹੋ ਗਿਆ ਵਾ, ਗੱਲ ਕੀ ਆ, ਹੋਟਲ ਚੋਂ ਆਏ ਲੱਗਦੇ ਜੀ ਮੈਨੂੰ, ਦੋਵੇਂ ਜਾਣੇ ਗੱਲ ਲੱਗਣਾ ਕਿੱਥੋਂ ਆ,
ਕੱਲੇ ਵਲੌਗ ਤੋਂ ਬਾਅਦ ਕਿੰਨੇ ਸੁਣੇ ਹੋ ਗਏ ਬੰਦੇ ਹੈ ਮੰਨੇ ਦੇ ਕੱਪੜੇ ਲਵਾ ਕੇ ਵਿਖਰੇ ਬਣੇ ਰਾਤ ਮੈਨੂੰ ਕਦੇ ਦਿਖਿਆ ਨਹੀਂ ਇਹ ਕਦੇ ਸਿਖਾਇਆ ਤਾਂ ਨਹੀਂ ਜਾਂਦੇ ਪੁੱਤ ਉੱਧਰ ਦਾਗ ਨਹੀਂ ਪਾਉਣਾ ਮੇਲਾ ਮੇਰਾ ਪੁੱਤ ਬਣ ਕੇ ਦਾਗ ਨਹੀਂ ਪਾਉਣਾ ਜੋ ਮਰਜ਼ੀ ਬਾਕੀ ਹੋਰ ਜੋ ਮਰਜ਼ੀ ਬੁੱਗੀ ਸ਼ੁਗੀ ਜੋ ਮਰਜ਼ੀ ਬਾਕੀ ਦਾਗ ਨਹੀਂ ਪਾਉਣਾ ਚਾਹੀਦਾ ਹੋਟਲ ਦਾ ਨਾਂ ਦੱਸੀ ਹੋਟਲ ਦਾ ਨਾਂ ਖਾਦਾ ਪੇ ਥੀ ਲੰਘਾ ਖਾਵੇ ਨਾਲੇ ਗੱਡੀ ਤੇ ਛੱਡ ਕੇ ਉਹਦੇ ਨਾਲ ਲੈ ਕੇ ਆਵੇ ਚੱਲੀਏ ਤੇ ਮਾਨੇ ਨੀ ਬਾਹ ਨੀ ਫੜਾਉਂਦੇ ਉਹ ਮੈਂ ਭਾਜੀ ਨੇ ਚੱਲਿਆ ਮਾੜਾ ਜਿਹਾ ਮੈਂ ਤੁਹਾਨੂੰ ਆ ਕੇ ਦੱਸਦਾ ਵਿੱਚ ਟਾਈਮ ਸਲਾ ਕੇ ਪਾਣੀ ਲੈ ਕੇ ਟ੍ਰੈਫਿਕ ਦੇ ਕਿੱਡਾ ਚੌੜਾ ਕੇ ਬੈਠਾ ਕਹਿੰਦੇ ਹਵਾ ਕੱਢੂ ਸ਼ਕੀਨ ਮੁੰਡੇ ਇੱਕ ਹਵਾ ਕੱਢੋ ਖਰਾਬ ਹੀ ਗਿਆ ਮੰਨੇ ਆਪਣਾ ਨਾ ਪੁੰਦਰ ਕਹਿੰਦਾ ਰਾਤੀ ਇਹ ਜਦੋਂ ਕਹਿੰਦੇ ਛੱਡ ਗਿਆ ਮੈਨੂੰ ਕਿੱਥੋਂ ਆਇਆ ਕਹਿੰਦਾ ਮੰਨੇ ਹੋਟਲ ਛੱਡ ਗਿਆ ਇਹਨੂੰ ਪੁੱਛ ਲਾ ਮੂੰਹ ਤੇ ਕਹਿਣ ਡਿਆ ਤੈਨੂੰ ਜ਼ਰੂਰ ਕਮੈਂਟ ਕਰਨਾ ਹੀ ਜੇ ਮੈਂ ਝੂਠ ਬੋਲਾਂ ਠੀਕ ਆ ਤੂੰ ਪਾਪੀ ਆ ਤੇਰੀ ਆਈ ਡੀ ਤੇਰਾ ਫੋਨ ਸੀ ਠੀਕ ਆ ਦੱਸਦਾ ਨੀ ਆ ਮੈਂ ਛੱਡਣੇ ਬੰਦੇ ਸੁਧਾਰ ਕੇ ਜਾਂਦੇ ਮੇਰਾ ਰਹਿਣਾ ਛੱਡ ਦੋਗੇ ਜਾਂ ਭੈਣ ਬੁੜੇ ਛੱਡ ਦੋਗੇ ਆਪਣੀ ਪਰਸਨ ਨਾਲ ਸੌ ਸਲਾਹ ਮਸ਼ਵਰਾ ਕਰਨਾ ਹੁੰਦਾ ਗਾਂ ਦੀ ਪੈਸੋ ਜਿੰਨੀ ਗਾਂ ਦੀ ਬਣੀ ਹੋ ਗਈ ਕੁੜੀ ਪਾ ਗਿਆ ਫਿਰ ਮੈਨੂੰ ਤਾਂ ਪਤਾ ਵਾ ਤਾਂ ਮੈਂ ਕਹਿਣ ਡਿਆ ਮੈਨੂੰ ਪਤਾ ਤਾਂ ਮੈਂ ਕਹਿਣ ਡਿਆ ਹੈਂ ਆਹ ਕਾਲੀ ਵੀਰ ਵੇਖ ਲਾ ਕਾਲੀ ਵੀਰ ਵੀ ਇੱਕ ਤੇ ਆ ਜਦੋਂ ਕਿਤੇ ਜਾਂਦਾ ਨਾਲ ਜਿਹੜਾ ਮੈਨੂੰ ਮੈਸੇਜ ਆ ਜਾਂਦਾ ਮੰਨਾ ਕਦੇ ਕਹਿੰਦਾ ਨਾਲ ਜਿਹੜਾ ਮੈਨੂੰ ਮੈਸੇਜ ਆ ਤੇਰੇ ਮੈਨੂੰ ਸਾਰੇ ਮੈਸੇਜ ਬੜੇ ਆਉਂਦੇ ਆ ਤੂੰ ਕਦੀ ਗਏ ਹੋਟਲ 'ਚ ਕਦੀ ਗਏ ਹੋਟਲ 'ਚ ਉੱਥੋਂ ਤੂੰ ਬੰਦੇ ਛੱਡ ਛੱਡ ਆਉਂਦਾ ਭੈਣ 'ਚ ਕਰੇ ਬੰਦੇ ਛੱਡ ਕੇ ਗੱਲ ਸੱਚੀ ਆ ਝੂਠਾ ਬੰਦਾ ਵੇਲਾ ਏਦਾਂ ਕਰਦਾ ਹੈ ਕੀ ਭਾਲਦਾ ਕੀ ਭਾਲਦਾ ਕਾਲੀ ਵੀਰ ਗੱਲ ਆ ਗਈ ਤੇਰੇ ਤੇ ਗਲਤ ਨਾ ਸਮਝੋ ਇੱਦਾਂ ਹੁਣ ਆਪਾਂ ਇੱਕ ਗਲਾਸ ਕਰਾਇਆ ਛੇਕ ਦਾ ਆਪਾਂ ਮਤਲਬ ਕੁੱਕਰ ਲੱਗੀ ਤਿੰਨ ਪਿੱਪਾ ਦੇਣੀ ਆ ਉਹ ਚੀਜ਼ ਹੁੰਦੀ ਆ ਅੱਛਾ ਉਹ ਚੀਜ਼ ਕਰਨੀ ਚਾਹੁੰਦਾ ਸੀ ਮਰਜ਼ੀ ਗਲਤ ਚਾਹੀਦਾ
ਰਮਾਲ ਤੇ ਚਾਹੀਦਾ ਦੇ ਪੁਰਾਣੇ ਇਧਰ ਹੋਟਲ ਚ ਸਾਬਣ ਹੀ ਚੁੱਕ ਲਿਆ ਕੁੜੀ ਚਾਪਣ ਚੋਰ ਚਾਪਣ ਚੋਰ ਚਾਪਣ ਚੋਰੀ ਚਾਪਣ ਚੋਰੇ ਉੱਥੇ ਹੋਟਲ ਚ ਸਾਬਣ ਕੋਈ ਗੱਲ ਨੀ ਆ ਏਦਾਂ ਹੀ ਆ ਫਿਰ ਲੜਬਾਜੀ ਕਰਨੀ ਆ ਫਿਰ ਸਾਈਡ ਤੇ ਲੱਗਦੀਆਂ ਵਾ ਇਧਰ ਗੋਭੀ ਹੋਣੀ ਕਰੀ ਜਾਂਦੇ ਸਟੀਮ ਵਾਸ਼ ਗੋਭੀ ਕਿਦਾਂ ਫਿਰ ਕਿਦਾਂ ਮੇਰੀ ਜਾਨ ਠੀਕ ਠਾਕ ਆ ਬੂਟ ਵੀ ਸਟੀਮ ਵਾਸ਼ ਕਰਤੇ ਜੀ ਤੇਰਾ ਭਲਾ ਰੇ ਤੇਰਾ ਮਿੱਤਰਾ ਸਾਰੀ ਗੱਲੀ ਹੈਗੀ ਚੱਲਿਆ ਤੂੰ ਜਾ ਭਾਜਾ ਜਾ ਜਾ ਚੱਲਿਆ ਮੈਨੂੰ ਪਤਾ ਜੂਟੀ ਚੱਲਿਆ ਨਾ ਮੈਨੂੰ ਤਾਂ ਪਤਾ ਭੰਗੜਾ ਸਟੀਮ ਵਾਸ਼ ਦਾ ਜਮਾਂ ਨਵੀਂ ਅਰਗੀ ਹੋਈ ਤੇਰੇ ਜਮਾਂ ਨਵੀਂ ਅਰਗੀ ਕਿਹੜੀ ਉਹ ਨਹੀਂ ਪਾਸ਼ ਬਾਈ ਘੱਟਾ ਜੰਮ ਦਾ ਮੈਂ ਤਾਂ ਹੀ ਮੈਂਬਰਾਈ ਨਹੀਂ ਅੱਜ ਪਾਸ਼ ਮੈਂ ਨਾ ਟੈਰਾਂ 'ਤੇ ਮਾਰਿਓ ਅਤੇ ਨਾ ਹੀ ਅੰਦਰ ਮਾਰਿਓ ਬਾਈ ਨਾ ਘੱਟਾ ਜੰਮ ਜਾਂਦਾ ਤੇਰੇ ਸਾਹਮਣੇ ਆਪਣੇ ਮੁਲਖ ਨੂੰ ਬਹਿਣਾ ਤਾਂ ਮੈਂ ਵੀ ਕਰੀ ਆ ਪਿੱਛੇ ਤੂੰ ਆ ਤੈਨੂੰ ਆਉਂਦੀਆਂ ਕੁਝ ਮੱਖੀਆਂ ਇਹ ਰੱਬ ਦਾ ਜੀ ਅਤੇ ਉਹ ਭਰਾਵਾ ਨਾਲ ਦਾ ਗੁੱਸਾ ਮੱਖੀ ਦਾ ਕੱਢੀ ਜਾ ਨਾਲ ਦੀ ਦਾ ਤੁਹਾਨੂੰ ਪਤਾ ਹੀ ਯਾਰ ਕੀ ਪਤਾ ਮੈਨੂੰ ਇਹ ਤਾਂ ਨਾਲ ਦੀ ਹੈ ਨਹੀਂ ਮਾਰ ਸੱਜਿਆ ਪਾਤਸ਼ਾਹ ਇੱਦਾਂ ਹੀ ਰੱਖੀ ਆ ਵੀ ਛੜਾ ਗਿਆ ਆਉਂਦਾ 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 ਭਾਈ ਕੱਟਿਆ 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 ਸਿੱਧੀ ਆਉਂਦੇ ਥੋੜ੍ਹੀ ਗੱਬੇ ਕਰ ਪੱਖਿਆਂ ਦੀ ਆਵਾਜ਼ ਟਰੱਕ ਹੀ ਚੱਲਦਾ ਜਿੱਦਾਂ ਪੜ ਕੇ ਪਰਾ ਆ ਆਹ ਚੀਜ਼ ਸਰਾ ਜਿਹੜੀ ਪੀ ਪੀ ਐਫ ਵਾਲੀ ਨਾ ਵੇ ਦਿਖਦਾ ਨਾ ਮੂੰਹ ਵਿੱਚੋਂ ਆਹ ਬਾਈਕ ਦਿਖਦੇ ਹੈ ਮੈਨੂੰ ਇਹਨਾਂ ਵਿੱਚ ਮੈਂ ਇਹਨਾਂ ਇਹਨਾਂ ਲੋਹਿਆਂ ਵਿੱਚ ਨਾ ਟਾਇਰ ਹੋਰ ਮੋਟਾ ਪਵਾ ਦੇਣਾ ਟਾਇਰ ਹੋਰ ਮੋਟਾ ਪਵਾ ਦੇਣਾ ਨਾਲੇ ਆਪਾਂ ਲਵਾ ਦੇਣੀ ਲਿਫਟ ਗੇਟ ਤੇ ਨਾਲੇ ਆਪਾਂ ਟਾਇਰ ਮੋਟਾ ਪਵਾ ਦੇਣਾ 37 ਨੰਬਰ ਪਵਾ ਦੇਣਾ ਵੇਖੀ ਫਿਰ ਕਿੱਡੀ ਜੈਂਬਰ ਲੱਗਦੀ ਪਹਾੜਾਂ 'ਚ ਆਪਾਂ ਕੀ ਕਰਾਂਗੇ ਜਾ ਕੇ ਮੈਂ ਕੀ ਖਾਣੀ ਦੋਵਾਂ ਇੱਥੇ ਖਾ ਲੈਂਦੇ ਪਹਾੜ ਵੇਖ ਲੈ ਪਹਾੜ ਮੇਰੇ ਫਿਰ 'ਚ ਦੇ ਪਿੰਡ ਜਾਂਦੇ ਜਿਹੜੇ ਕੁੜੀ ਆ ਚੱਲ ਜਾਂਦੇ ਹਾਂ ਇਧਰੋਂ ਜਾਵਾਂਗੇ ਮਨਾਲੀ ਤੇ ਮਨਾਲੀ ਤੋਂ ਉੱਪਰੋਂ ਘੁੰਮ ਕੇ ਸ਼੍ਰੀਨਗਰ ਤੇ ਸ਼੍ਰੀਨਗਰ ਘੁੰਮ ਕੇ ਪਿੰਡ ਮਤਲਬ ਜਿੱਦਾਂ ਲੇਹ ਕਿੰਨੇ ਦਿਨਾਂ ਦਾ ਪ੍ਰੋਸੈਸ ਹੈ ਇਹ ਹੈਗਾ ਉਹ 7 ਦਿਨਾਂ ਦਾ ਫਿਰ ਝੂਠ ਚ ਗਾਲੀ ਵੀ ਰਹਿ ਸਾਨੂੰ ਤੇਰੀ ਡੀਲ ਪਸੰਦ ਨਹੀਂ ਆਈ ਅਸੀਂ ਨਾ ਪਲਾਨ ਬਣਾਉਂਦੇ ਹਾਂ ਆਪਾਂ ਬਹਿ ਕੇ ਆਪਾਂ ਆਪਣਾ ਰੂਟ ਵੇਹਨੇ ਆ ਨੈੱਟ ਤੇ ਕਿੰਨੇ ਕਿੰਨੇ ਕਿਲੋਮੀਟਰ ਦੇ ਨਹੀਂ ਜੀ ਤੇ ਮੇਰਾ ਬੜਾ ਕਰਦਾ ਮੈਨੂੰ ਮੇਰਾ ਘਰ ਇਜਾਜ਼ਤ ਨਹੀਂ ਦੇਣ ਡਿਆ ਜਿਹੜਾ ਆਪਾਂ ਸਮਾਨ ਲੈ ਕੇ ਆਏ ਜਿੱਡਾ ਮਹਿੰਗਾ ਜਿਹੜਾ ਨਾਲ ਆਰਡਰ ਦੇ ਗਏ ਉਹ ਸਮਾਨ ਦਾ ਕਿੱਦਾਂ ਕਰਾਂਗੇ ਆਪਾਂ ਤੂੰ ਨਾਲ ਹੀ ਗਿਆ ਖੁਸ਼ੀ ਚਾਹੀਦੀ ਰਾਣੀ ਸੁੰਦਰਾ ਦੀ ਨੰਬਰ ਜਿੱਦਣ ਆ ਗਿਆ ਜਿੱਦਣ ਇਹਦਾ ਨੰਬਰ ਆ ਗਿਆ ਆਪਾਂ ਜਾਣਾ ਜਿੱਦਣ ਮੈਂ ਦੱਸਿਆ ਜਿੱਦਣ ਨੰਬਰ ਆ ਗਿਆ ਉਦੋਂ ਆਪਾਂ ਜਾਣਾ ਜਾਣਾ ਅਗਰ ਸ਼ਾਹ ਸਾਡੇ ਨਾਲ ਤੂੰ ਸੈਂਡਵਿਚ ਨਹੀਂ ਖਾਂਦਾ ਕਦੇ ਕੁਝ ਪਾ ਕੇ ਨਹੀਂ ਦੇ ਦਿੰਦਾ ਵਿੱਚ ਹੈ
ਖਾਂਦਾ ਨਹੀਂ ਹਟਦਾ ਨਹੀਂ ਖਾਂਦਾ ਜੀ ਸੈਂਡਵਿਚ ਖਾਂਦੇ ਨਾ ਦੂਜੇ ਡਾਈਟ ਉਹ ਫਿਟ ਰਹਿਣ ਵਾਲੇ ਅਹੀਂ ਫਿਟ ਰਹਿ ਹਾਂ ਆ ਗ੍ਰੀਨਡੀ ਵੀ ਪੀ ਲਈ ਹਨਾ ਸੈਂਡਵਿਚ ਵੀ ਖਾ ਲਿਆ ਅਹੀਂ ਭੈਣ ਸਾਰੇ ਮੋਟੇ ਹੋਣ ਵਾਲੇ ਨਹੀਂ ਮਾੜੀ ਗੱਲ ਹੈ ਗੁਰੂ ਆ ਵੇ ਆ ਚੀਜ਼ਾਂ ਦੇ ਐਡਮਸ ਸਾਰੀਆਂ ਵਧੀਆ ਵਧੀਆ ਰੱਖੀਆਂ ਵਾ ਪਰ ਰੱਖੀਆਂ ਮੇਰੇ ਸਾਹ ਸਾਡੇ ਅੱਗੇ ਵੀਰੇ ਭਰਾਵਾਂ ਵਾਸਤੇ ਆ ਤੂੰ ਖਾਣਾ ਨਹੀਂ ਹੁੰਦਾ ਕੀ ਕਹਿੰਦਾ ਕਾਦਾ ਨਹੀਂ ਟੇਸਟਿੰਗ ਨਹੀਂ ਤਾਂ ਤੰਦ ਗਿਆ ਅਸਲ ਦੇ ਵਿੱਚ ਨਾ ਇਹ ਚੀਜ਼ ਵੇਖ ਕੇ ਨਾ ਇੱਕ ਦਿਨ ਸਾਡੇ ਦਾ ਕਾਰਨਾਮਾ ਹੋ ਗਿਆ ਇਹ ਚੀਜ਼ਾਂ ਗਰਮ ਬੜੀਆਂ ਤੇ ਬਾਅਦ ਤੂੰ ਗਰਮੀ ਬੜੀ ਕੁੜੀ ਹੋਈ ਸਾਲਾ ਘਰ ਦੇ ਟਰੱਕ ਪਲਟ ਕੇ ਫਿਰ ਕਰਾਂਗੇ ਕਿਉਂ ਮੰਨੇ ਗਰਮੀ ਕੱਢਣ ਨੂੰ ਚੀਜ਼ ਨਹੀਂ ਚਾਹੀਦੀ ਨਾ ਅਸਤਰ ਕਿਹੜਾ ਕੋਈ ਅਸਤਰ ਚਾਹੀਦਾ ਕੋਈ ਕੁੜੀਆ ਜ਼ਿਆਦੇ ਜ਼ਿਆਦੇ ਵੱਟ ਕੱਢਦੇ ਬੰਦਿਆਂ ਨੇ ਅੱਜ ਗੁਰੂਆ ਹੈ ਸ਼ਾਹ ਕਾਹਨੂੰ ਗੱਲਾਂ ਕਰਾ ਦੀਆਂ 6 ਤਰੀਕ ਤੋਂ ਬਾਅਦ ਸ਼ਾਹ ਜੀ ਜੈੱਡ ਬਲੈਕ ਕਰ ਦਿਓ ਚੋਣ ਜ਼ਿਆਦਾ ਲੱਥ ਜਾਣਾ ਮੰਗਾ ਲਓ ਫਿਲਮ ਮਾਡਲ ਹੀ ਮੰਗਾ ਲਓ ਕਦੇ 6 ਤਰੀਕ ਤੋਂ ਬਾਅਦ ਕਾਹਨੂੰ ਗੱਲਾਂ ਕਰਾ ਦੀਆਂ ਲੋਕਾਂ ਨੇ ਕਹਿਣਾ ਫਿਰ ਬਲੈਕ ਕਰ ਦੇ ਮੈਨੂੰ ਲੱਗਾ ਤੁਹਾਡੀ ਕਦੇ ਨੰਬਰ ਤੁਸੀਂ ਉਹਨੇ ਬਹੁਤ ਸੀ ਹੁੰਦੇ ਨਾ ਡਿਟੇਲਿੰਗ ਕਰ ਦੋ ਆਪੇ ਤੁਸੀਂ ਛੇੜ ਪਾਈ ਸਾਡੇ ਲਈ ਅਸੀਂ ਸੰਤੁਸ਼ਟ ਸੀ ਗੱਡੀ ਲੈ ਕੇ ਪੂਰੀ ਚਮਕਾ ਮਾਰਨ ਡੀ ਭਾਈ ਸ਼ਾਹ ਨੇ ਸਾਡੇ ਲੱਗ ਗਿਆ ਨੇ ਨੇ ਨੁਸ ਕੱਢੇ ਕਹਿੰਦਾ ਆਹ ਹੋਣ ਵਾਲਾ ਹੋਣਾ ਤੇ ਮੈਂ ਸ਼ਾਹ ਜੀ ਤੁਹਾਡੀ ਗੱਡੀ ਆ ਕਰ ਦੋਗੇ ਤੇ ਬਹੁਤ ਬਹੁਤ ਧੰਨਵਾਦ ਹੋਊ ਤੁਹਾਡਾ ਹੈ ਛੇੜ ਪਾ ਦਿੱਤੀ ਸ਼ਾਹ ਤੋਂ ਆਪਾਂ 6 ਤਰੀਕ ਤੋਂ ਬਾਅਦ ਆਪਾਂ ਥੋੜ੍ਹੀ ਥੋੜ੍ਹੀ ਮੱਠੀ ਮੱਠੀ ਥੋੜ੍ਹੀ ਜਿਹੀ ਕਾਲੀ ਕਰਨੀ ਹੈ ਇੱਕ ਉਹਦੀ ਐਡ ਨਾਲ ਵੀ ਮੈਨੂੰ ਵਿਖਾ ਦਿੱਤੀ ਇੱਕ ਤਾਂ ਛੇੜ ਪਾ ਦਿੰਦਾ ਸ਼ਾਹ ਇੱਕ PPF ਆਈ ਪਾਣੀ ਪੇਪਰ ਕੋਈ ਆਇਆ ਕਿਹੜਾ ਮੈਟ ਹੈ ਮੰਨੇ ਮੈਟ ਪੇਪਰ ਜੇ ਕਰਾਵਾਂਗੇ ਕਿੱਦਾਂ ਲੱਗੂਗੀ ਮੇਰੇ ਹਿਸਾਬ ਨਾਲ ਛਣ ਨਹੀਂ ਮਾੜਾ ਕਰਨਾ ਬਸ ਫੱਬਣੀ ਵੀ ਚਾਹੀਦੀ ਨਾ ਚੀਜ਼ਾਂ ਗੱਲ ਆਪਾਂ ਰਾਏ ਲੈ ਲੈਂਦੇ ਲਓ ਵੀ ਮਿੱਤਰੋ ਤੁਹਾਨੂੰ ਇੱਕ ਚੀਜ਼ ਵਿਖਾਉਂਦੇ ਹਾਂ ਵਿਖਾਵਾਂਗੇ ਲੇਟ ਤੁਹਾਨੂੰ ਪੁੱਛ ਲੈਂਦੇ ਹਾਂ ਗੱਡੀ ਆਪਣੀ ਐਸੇ ਕਲਰ 'ਤੇ ਸੇਮ ਕਲਰ ਸਿਰਫ ਮੈਟ ਦੇ ਵਿੱਚ ਜੇ ਆਪਾਂ PPF ਕਰਾਈਏ ਤਾਂ ਕਿੱਦਾਂ ਦੀ ਲੱਗੂਗੀ ਕੀ ਯੈਸ ਅਤੇ ਨੋ ਦੇ ਵਿੱਚ ਰਿਪਲਾਈ ਕਰਨਾ ਕਮੈਂਟ ਕਰ ਦਿਓ ਇੰਨਾ ਖਾਣਾ ਉਹ ਜਿਹੜੇ ਤੁਸੀਂ ਮੈਨੂੰ ਕਹਿੰਦੇ ਤੁਹਾਡੇ ਮੈਂ ਸਲਾਹ ਮਸ਼ਵਰਾ ਤਾਂ ਲੈਣਾ ਹੁੰਦਾ ਤਾਂ ਬਾਕੀ ਤੁਸੀਂ ਗੱਡੀ ਚੈੱਕ ਕਰੋ ਸ਼ਾਹ ਨੇ ਨਵੀਂ ਸ਼ੇਡ ਪਾਤੀ ਅੱਜ ਇੱਕ ਤਾਂ ਨਵੀਂ PPF ਵਾਲੀ ਅਤੇ ਇੱਕ ਡਿਟੇਲਿੰਗ ਵਾਲੀ ਡਿਟੇਲਿੰਗ ਤਾਂ ਸ਼ਾਹ ਮੈਂ ਕਰਾ ਕੇ ਛੱਡੂ ਕਰਨੀ ਪੈਣੀ ਮੈਂ ਅਸਲ 'ਚ ਅਸੀਂ ਚੀਜ਼ਾਂ ਗੌਰ ਨਹੀਂ ਕਰਦੇ ਤੁਹਾਡਾ ਕੰਮ ਆ ਕਾਰੀਗਰ ਬੰਦੇ ਅਸੀਂ ਉਹ ਚੀਜ਼ ਕਦੀ ਨਹੀਂ ਵੇਖਣੀ ਉਹਨੂੰ ਇੱਦਾਂ ਲੜਨ ਖਲੋਤੀ ਪੂਰੀ ਜਜੀ ਜਾਣ ਦੀ ਸੋਹਣੀ ਲੱਗਣ ਦੀ ਆ ਅਸੀਂ ਇਹਨੇ ਵੀ ਖੁਸ਼ ਹਾਂ ਪਰ ਨਹੀਂ ਨਹੀਂ ਜਿਹੜੇ ਕਮੀਆਂ ਦੱਸਦੀਆਂ ਨਾ ਉਹ ਦੱਸੋ ਹੁਣੇ ਕਿੱਦਾਂ ਲੱਗ ਜਾਈਏ ਨਾਲੇ ਆਪਾਂ ਦੂਜਾ ਕੰਮ ਵੀ ਕਰਨਾ PPF ਵਾਲਾ ਫੈਂਟਰ ਜਾ ਮੰਗਾ ਦੇਣਾ ਸ਼ਾਹ ਕਿਤੇ ਸੌਂ ਲੱਗੇ ਸਿਰਾ ਹੀ ਹੋ ਜਾਵੇ ਜੇ ਫੈਂਟਰ ਮੰਗਾ ਦੇਗਾ ਨਾ ਸ਼ਾਹ ਫਿਰ ਮੈਂ ਕਿੱਟ ਨਹੀਂ ਲਾਊਂਗਾ ਇੱਥੇ ਡਰ ਵੱਡਾ ਪੈਣਾ ਫਿਰ ਕਿੱਟ ਲਾਉਣ ਦੀ ਲੋੜ ਨਹੀਂ ਪੈਣੀ ਅਤੇ ਇੱਕ ਗਾਰਡ ਦਾ ਬੰਪਰ ਛੋਟਾ ਪਿਆ ਕਿੱਦਣ ਪਾ ਕੇ ਵੇਖੀਏ ਮਾੜਾ ਜਿਹਾ ਲਈਏ ਪੰਗੇ ਉਹ ਭਰਾਵਾ ਉਹਨੂੰ ਦਿਹਾੜੀ ਲੱਗਦੀ ਪਾਉਣ ਗਿਆ ਹਾਂ ਹਾਂ ਮੈਂ ਕਿਤੇ 5-10 ਮਿੰਟ ਦਾ ਸਾਰ ਲਾ ਕੰਮ ਥੋੜੀ ਇੱਕ 4 ਨਟ ਖੋਲੇ ਬੰਪਰ ਪਾਏ ਨੇ ਹਾਂ ਉਹਨੇ ਤਾਂ ਲੰਮਾ ਪ੍ਰੋਸੈਸ ਹੈ ਲੰਮਾ ਪ੍ਰੋਸੈਸ ਹੈ ਉਹ ਤਰੀਕੇ ਨਾਲ ਉਹਦਾ ਫਿੱਟ ਹੁੰਦਾ ਤਨਿਆ ਫਿਰ ਪਾਉਣਾ ਦਾ ਕੱਦੂ ਨੇ ਲੋਕਾਂ ਤੋਂ ਪਹਿਲਾਂ ਕਰ ਲਈ ਮਿੱਤਰ ਇੱਕ ਡੀਲ ਹੋਰ ਹੋ ਗਈ ਜੇ ਬੰਪਰ ਵੀ ਫਿੱਟ ਹੋਣਾ ਜੇ ਮੈਂ ਕਿ ਥੋੜ੍ਹਾ ਬਹੁਤਾ 15 ਮਿੰਟ ਦਾ ਕੰਮ ਹੋਊਗਾ ਸ਼ਾਹ ਕਹਿੰਦਾ ਪੂਰਾ ਦਿਨ ਲੱਗ ਜਾਣਾ ਬੰਪਰ ਨੂੰ ਹੀ ਇਹਨੂੰ ਖੋਲਣ ਦਾ ਟਾਈਮ ਲੱਗ ਜਾਣਾ ਸੈਂਸਰ ਸੂੰਸਰ ਸਾਰੇ ਵਿੱਚ ਆਪਾਂ ਇੱਦਾਂ ਕਰਦੇ ਹਾਂ ਇੱਕ ਦਿਨ ਬੰਪਰ ਲਾ ਕੇ ਨਾ ਦੇ ਦਿਓ ਬੰਪਰ ਤੋਂ ਬਿਨਾਂ ਚਲਾ ਕੇ ਵੇਖ ਲਈਏ ਬੜੀ ਸੋਹਣੀ ਲੱਗਣੀ ਵੇਖ ਲੈ ਡੀਜੀ ਛੋਟੇ ਨਾਲ ਲਾ ਲਾਂਗੇ ਨਾ ਉਹ ਸਾਈਡ ਦੇ ਟਾਪੇ ਨਾਲ ਆਉਣਾ ਨਾ ਲਾਇਓ ਉਹ ਚੀਜ਼ ਕਰਕੇ ਵੇਖਿਓ ਬੜੀ ਸੋਹਣੀ ਲੱਗਣੀ ਜਗ੍ਹਾ ਜਾਣ ਮਿਲਦੇ ਹਾਂ ਸੂਨ ਨਹੀਂ ਥਾਰ ਨਹੀਂ ਖੜਨੀ ਕਦੋਂ ਖੜਾਂਗੇ ਬਾਕੀ ਗੱਲ ਆ ਲੈ ਬਈ ਸ਼ਾਹ ਨੇ ਸਾਨੂੰ ਨਵੀਂ ਛੇੜ ਪਾ ਦਿੱਤੀ ਉਹ ਇੱਕ ਜਦੋਂ ਇਹ ਬੈਠੇ ਨਹੀਂ ਹੁਣ ਪਰਾਂ ਇੱਕ ਤਾਂ ਛੋਟਾ ਬੰਪਰ ਸ਼ਾਇਦ ਉਹ ਹੈਗਾ ਵਾ ਅਤੇ ਇੱਕ ਚੀਜ਼ ਹੋਰ ਸੋਚੀ ਹੈ ਕਿ ਜਦੋਂ ਆਪਾਂ ਕੱਦੂ 'ਚ ਗੱਡੀ ਵਾੜਨੀ ਆ ਆਪਾਂ ਛੋਟਾ ਬੰਪਰ ਵੀ ਕਿਉਂ ਪਾਉਣਾ ਆਪਾਂ ਬੰਪਰ ਦੋਵੇਂ ਲਾ ਦੇਣੇ ਆ ਫੈਂਡਰ ਵੀ ਲਾ ਦੇਣੇ ਆ
ਇਹ ਜਿਹੜੀ ਸਲਾਹ ਇਹ ਮੈਂ ਦਿੱਤੀ ਸ਼ਾਹ ਨੇ, ਕਹਿੰਦੇ ਤੁਸੀਂ ਡਿਟੇਲਿੰਗ ਵੀ ਬਾਅਦ 'ਚ ਕਰਾਇਓ, ਤੁਸੀਂ ਆਪਣੇ ਘਰ ਤਸੱਲੀ ਕਰਾ ਲਓ ਕੱਦੂ ਵਾਲੇ ਵਲੋਗਾਂ ਦੀ, ਉਹ ਤੋਂ ਬਾਅਦ ਤੁਸੀਂ ਬੰਪਰ ਪਵਾਉਣਾ ਬੰਪਰ ਪਵਾ ਲਿਓ, ਫੈਂਡਰ ਫੇਰ ਆਪਣੇ ਓਰੀਜਨਲ ਹੋਣੇ ਓਰੀਜਨਲ ਲਵਾ ਲਿਓ, ਦੂਜੇ ਵੀ ਮੰਗਾ ਛੱਡੋ ਛੋਟੇ ਫੈਂਡਰ ਵੀ, ਕਹਿੰਦਾ ਪਰ ਜੇ ਕੱਦੂ 'ਚ ਵਾੜਨੀ ਜਮਾਂ ਇਹਨੂੰ ਲੰਡੀ ਕਰਕੇ ਵਾੜੋ ਇੱਕ, ਜਿਹੜੇ ਮੈਨੂੰ ਸੈੱਟ ਦੇਣੇ ਕਹਿੰਦੇ ਤੂੰ ਕਾਲੇ ਜੇ ਉਹ ਵੀ ਲਵਾ ਦੇਣੇ ਆਪਾਂ, ਗੱਡੀ ਬੜੀ ਵਧੀਆ ਲੱਗਣੀ। ਮੈਂ ਦੱਸਣ ਲਿਆ ਕਿ ਲਿਫਟ ਕਿੱਟ ਲਾਉਣ ਦੀ ਵੀ ਲੋੜ ਨਹੀਂ, ਜੇ ਤਾਂ ਛੋਟੇ ਫੈਂਡਰ ਮਿਲ ਗਏ ਨਾ ਫਿਰ ਇਹਨਾਂ ਫੈਂਡਰਾਂ 'ਤੇ ਵੱਡਾ ਟਾਇਰ ਚੜ੍ਹ ਜਾਣਾ, ਰੋਕ ਕੇ ਰਿਪੋਰਟ ਹੋ ਜਾਣਾ ਕੰਮ ਫਿਰ ਉਹ ਕੀ ਕਰੇ। ਅੱਜ ਦੇ ਦਿਨ ਤੁਸੀਂ ਬਾਹਰ ਕੱਢ ਲਿਆ ਹੈ ਤੁਰ ਫਿਰ ਕੇ, ਪਰ ਥੱਕ ਬੜੇ ਗਏ ਗੁਰਾ ਕਾਲੀ ਵੀਰ, ਤੁਰਦੇ ਫਿਰਦੇ ਥੱਕ ਥੁੱਕ ਚਾਹੀਦਾ ਹੋਣਾ, ਦੇਣੇ ਵੱਡੇ 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 ਟਾਈਮ ਲੰਘਦਾ ਨਹੀਂ ਆਪਾਂ ਤੋਂ। ਸ਼ਾਹ ਨੂੰ ਕਹਿ ਕਹਿੰਦੇ 5 ਵਜੇ ਆ ਗਏ ਅਤੇ ਆਪਾਂ 4 ਵਜੇ ਵਿਹਲੇ ਹੋ ਗਏ, ਫਿਰ 4 ਵਜੇ ਜਿਉਂ ਆ ਕੇ ਸੁੱਤੇ ਸ਼ਾਹ ਦੀ ਦੁਕਾਨ। ਮੱਖੀਆਂ ਬੜਾ ਉਤਾਰਿਆ, ਸਹੀ ਗੱਲ ਆ, ਉਹ ਬੂਹਾ ਬੜਾ ਖੁੱਲਦਾ ਸੀ ਨਾ ਘੜੀ ਮੁੜੀ ਤਾਂ ਕਰਕੇ ਹੋਰ ਨਹੀਂ ਗੱਲ ਕੀ। ਲੈ ਬਈ ਪੈਂਥਰ ਹੋਣੀ ਤਿਆਰੀ ਜੀ ਬੈਠੇ, ਕਦੋਂ ਢਿੱਲੋ ਨਹੀਂ ਬੂਹਾ ਖੋਲਣ ਅਤੇ ਕਦੋਂ ਮੈਂ ਬਾਹਰ ਜਾਵਾਂ। ਹੂੰ ਹੋਣਾ ਬਾਹਰ ਕਰਕਰ ਅਤੇ ਮਾਮਾ ਏ ਸੀ 'ਚ ਡਿਆ ਤਾਂ ਬਾਹਰ ਤਾਂ ਗਰਮੀ ਬਹੁਤ ਜ਼ਿਆਦੀ ਆ। ਅੰਦਰ ਮੈਂ ਇਹ ਪੁੱਛਾਂ ਲੱਡੀਆਂ ਕਿ ਇਹ ਨਹੀਂ ਢਿਲਵਾ ਕੱਢ ਲਾ ਜੇ ਬਾਹਰ, ਹੈਂ ਚਲਾ ਗਾ ਆ ਜਾ ਇੱਧਰ ਆ ਪ੍ਰਧਾਨ, ਕਿੱਦਾਂ ਮੇਰਾ ਪੁੱਤ ਕਿੱਦਾਂ ਫਿਰ, ਹੂੰ ਆਹ ਪੱਕਾ ਰਹੀ ਹੈ ਮੇਰਾ ਪੱਕਾ ਜੋਟ, ਹੂੰ ਕਿੱਦਾਂ ਫਿਰ, ਹੂੰ ਦਾਦਾ ਨੀ ਝੋਟਿਆ ਕਿਵੇਂ, ਇਹਨੂੰ ਕੋਈ ਗਰਮੀ ਨਹੀਂ ਕੋਈ ਠੰਡ ਨਹੀਂ, ਝੋਟਾ ਹੀ ਝੋਟਾ ਹੈ, ਹੋਏ ਨਾ ਕਾਇਮ ਅਜੇ ਹੋਰ, ਹਜੇ ਇਹਨੂੰ ਦੰਦੀ ਦੰਦੀ ਗੀਰਾਂ ਵੱਢਣੀ ਨਹੀਂ ਆਉਂਦੀ ਹਜੇ, ਗੱਲ ਇੱਦਾਂ ਹਾਂ ਤੇਰੂ ਢਾ ਲੈਣਾ ਉਹਨੇ ਬਸ ਕੰਮ ਸ਼ੁਰੂ, ਜੈਲਸੀ ਬੜੀ ਕਰਦੀ ਜਿਵੇਂ ਪਿਆਰ ਕਰਦਾ ਨਾ ਜੀ, ਹਾਂ ਸੌਖਾ ਮੈਂਥਰ ਹੁਣ ਕੋ ਕਿੱਥੇ ਆ, ਰੂਬੀਗੌਨ ਥੱਲੇ ਬੜਿਆ ਹੀ ਡਰਦਾ ਜੀ, ਇੱਧਰ ਮੈਂ ਜੇ ਪਿਆ ਕਦੇ ਸਾਲੇ ਮੇਰੇ ਦੁਆਲੇ ਨਾ ਹੋ ਜਾਣ। ਪ੍ਰਧਾਨ ਛੱਡ ਦੇ ਪੁੱਤ ਛੱਡ ਦੇ, ਪ੍ਰਧਾਨ ਫਿਰ ਆ ਜਾ ਨਾ ਤੰਗ ਕਰ ਦੇ, ਆ ਜਾ ਆਹ ਕੋਪੜ ਮਿਲ ਗਿਆ ਆਪਾਂ, ਆ ਜਾ ਇੱਧਰ ਆ, ਚੱਲ ਕੋਕੀ ਕੋਕੂ ਦੇ ਲਾਤੇ ਲੱਗੀ ਸੱਟ, ਆਹ ਸਾਲਾ ਮੱਛਰ ਦਾ ਬੜਾ ਅਤੇ ਇਹਨੇ ਰੱਖਤਾ ਕਿਤੇ ਪੈਰ ਉੱਤੇ, ਉਹਦੀਆਂ ਨਿਕਲੀਆਂ ਚੀਕਾਂ। ਕੋਕੋ ਕਿੱਥੇ ਪੁੱਤ, ਆ ਜਾ ਇੱਧਰ ਆ, ਤੂੰ ਨਹੀਂ ਆਉਂਦੀ ਤੈਨੂੰ ਮੇਰੇ ਹੁੰਦਾ ਨਹੀਂ ਆਉਂਦੇ, ਕੋਹ ਇੱਧਰ ਆ, ਉਹ ਕੁੜੇ ਪੈਂਥਰ ਤੋਂ ਬਾਹਰ ਚੱਲੂ ਕੁੜੀ ਆ, ਉਹਨੂੰ ਪਤਾ ਕਿ ਆਹ ਬਲਾਕ ਖੋਲੀ ਕੁੜੀ ਹੈ ਜੀ, ਇਹ ਦਿਵਾਲੇ ਹੋ ਗਏ ਲੰਗੇ ਵਾ ਕੁੜੀ ਭੱਜਿਆ ਨਹੀਂ ਜਾਣਾ ਬਾਅਦ ਚੋਂ। ਤੇਰਾ ਗੱਲ ਇੱਦਾਂ ਵਾ ਕਿ ਬਲਾਕ ਦੀ ਕਹਿੰਦੀ ਆ, ਪਰ ਜਾਂਦੇ ਜਾਂਦੇ ਰੜਦਾ ਗੱਲ ਕਰਨੀ ਆ, ਜਿਹੜੇ ਭਰਾ ਵਹਿੰਦੇ ਆ 100 'ਚੋਂ 2-4-5-10 ਬੰਦੇ ਇਹੋ ਜਿਹੇ ਹੁੰਦੇ ਵੀਰ ਭਰਾ, ਜਿੱਦਾਂ ਨਾ ਅੱਜ ਅਸੀਂ ਸ਼ਾਮੀ ਜਦੋਂ ਗੱਡੀ ਦਾ ਸਾਰਾ ਉਹ ਵਾਸ਼ਿੰਗ ਵੁਸ਼ਿੰਗ ਕਰਵਾ ਕਰ ਆਏ ਅਤੇ ਉਹ ਪਏ ਦੇ ਨਾ ਇੱਕ ਵੀਰ ਖਲੋਤਾ ਪੰਜਾਬ 'ਚ ਸਮਾਨ ਫੜਿਆ ਖਾਣ ਪੀਣ ਦਾ, ਮੇਰੇ ਸਾਨੂੰ ਫਰੂਟ ਫਰਾਟ ਸੀ ਅਤੇ ਸਾਨੂੰ ਨਹੀਂ ਪਤਾ, ਸਾਨੂੰ ਲੱਗਾ ਕਿਉਂਕਿ ਸਾਡੇ ਪਿੰਡ ਲੱਗੇ ਅਮਲੀ ਬੜੇ, ਤੁਹਾਨੂੰ ਸਹੀ ਗੱਲ ਦੱਸਾਂ ਦੇ ਸਾਡੇ ਅੱਡੇ 'ਤੇ ਬੜੇ ਹੁੰਦੇ ਪਿੰਡ, ਜਿਹੜੀ ਸੱਚੀ ਗੱਲ ਹੈ ਨਾ, ਮੈਨੂੰ ਲੱਗਾ ਸ਼ਾਇਦ ਕੋਈ ਅਮਲੀ ਉਮਲੀ ਅੱਡੇ 'ਤੇ ਇੱਥੇ ਖਲੋਤਾ ਗਈ ਨਾ, ਪੈਸੇ ਪੂਸੇ ਮੰਗਦੇ ਹੁੰਦੇ ਹੈ ਨਾ, ਫਿਰ ਘਰ ਵੀ ਆ ਜਾਂਦੇ, ਚਲੋ ਆਪਾਂ ਮੁੜ ਦੀ ਜਾਣਾ ਤਰੀਕੇ ਜਿਹਾ ਕਹਿ ਕੇ ਚੱਲੋ ਵੀ ਮੇਰਾ ਵੀਰ ਨਸ਼ੇ ਲਈ ਪੈਸੇ ਨਹੀਂ ਹੈਗੇ, ਜੇ ਖਾਣਾ ਪੀਣਾ ਵਾ ਦੱਸੋ ਮੇਰਾ ਭਰਾ ਹੈ ਨਾ। ਉਹ ਮੈਨੂੰ ਲੱਗਾ ਸ਼ਾਇਦ ਕੋਈ ਅਮਲੀ ਉਮਲੀ, ਅਤੇ ਮੈਂ ਜਦੋਂ ਆਪਣੇ ਘਰ ਆ ਗਿਆ ਇੱਥੇ ਗੇਟ ਖੋਲ੍ਹ ਲੱਗਾ ਅਤੇ ਗੇਟ ਗਾੜੀ ਵੱਜਾ ਅਤੇ ਮੈਂ ਮਾਤਾ ਨੂੰ ਫੋਨ ਕਰਨ ਡਿਆ ਪਿਆ ਅੰਦਰ, ਅਤੇ ਪਹਿਲਾਂ ਮੈਂ ਗੋਰੀ ਨੂੰ ਕੀਤਾ, ਗੋਰੀ ਕਹਿੰਦਾ ਮੈਂ ਤਾਂ ਪਿੰਡ ਆ, ਚਲੋ ਮਾਤਾ ਨੂੰ ਕਰਨਾ ਪਿਆ ਜਦੋਂ ਵੀਰ ਸਾਡੇ ਕੋਲ ਹੀ ਆ ਗਿਆ, ਅਤੇ ਉਹ ਜਾਣ ਮੇਰੀ ਇਹ ਵੀਰ ਮੇਰੇ ਸਾਨੂੰ ਬਠਿੰਡੇ ਤੋਂ ਵੀ ਗਾਂ ਉੱਧਰ ਦੂਰੋਂ ਹੀ ਆਇਆ ਹੈ ਨਾ, ਮਾਨਸੇ ਵਾਲੇ ਪਾਸੇ ਦਾ ਸੀ ਵੀਰ, ਅਤੇ ਦੱਸਣ ਡਿਆ ਵੀ ਕਹਿੰਦਾ ਮੈਂ ਉਹ ਵੀਰ ਨੂੰ ਪੁੱਛਿਆ, ਮੈਂ ਕਿਹਾ ਹਾਂਜੀ ਵੀਰ ਜੀ ਕੀ ਗੱਲ, ਅਤੇ ਕਹਿੰਦਾ ਵੀਰ ਮੈਂ ਮਿਲਣ ਆਇਆ, ਅਤੇ ਮੈਂ ਜਾਣ ਇਸ ਵੇਲੇ ਆਇਆ ਤੂੰ ਹੈ ਨਾ, ਦਿਨੇ ਆ ਜਾ ਕਰੋ, ਕਹਿੰਦਾ ਕਿ ਬਾਈ ਮੈਂ ਇੱਦਾਂ ਇੱਦਾਂ ਕਰਕੇ ਵਸਦੇ ਹਾਂ, ਕਾਫੀ ਚੀਜ਼ ਵੀ ਦੱਸੀ ਜਾਵੇ ਮੈਂ ਵਸਦੇ ਹਾਂ ਫਿਰ ਇੱਥੋਂ ਗਾੜੀ ਪਤਾ ਨਹੀਂ ਕਿੱਦਾਂ ਕਿੱਦਾਂ, ਅਤੇ ਮੈਂ ਚਲੋ ਗੱਲਾਂ ਪਤਾ ਕਰਦਾ ਵੀਰ ਬਾਅਦ ਜਾਣ, ਅਤੇ ਕਹਿੰਦਾ ਮੈਂ ਵੀ ਤੁਹਾਡੇ ਨਾਲ ਰਹਿਣਾ,
ਮੈਂ ਯਾਰ ਸਾਡੇ ਦਾ ਰਹਿਣਾ ਅਸੀਂ ਤੇ ਇੰਨੇ ਬੰਦੇ ਤੇ ਅੱਗੇ ਹਨਾ, ਤੇ ਜਿਹੜੇ ਬੰਦੇ ਨਾਲ ਰਹਿਣ ਡੇ ਕੋਈ ਮਤਲਬ ਕਿ ਕਹਿ ਲਈਏ ਕਿ ਹਾਂ ਵੀ ਜਿੱਦਾਂ ਕੋਈ ਦੂਰ ਦਲਾਕੇ ਤੋਂ ਨਹੀਂ ਆ, ਇਹ ਮੇਰੇ ਪਿੰਡ ਦੇ ਆ, ਪੁਰਾਣੇ ਜਾਣਦੇ ਸੀ ਇੱਕ ਦੂਜੇ ਨੂੰ ਹਨਾ। ਆ ਗੋਰੀਏ ਨਿਗਾਹ ਜਾਂਦਾ ਹੈ ਮਹਾਂਵੀਰ ਦੇ ਨਾਲ ਰਹਿੰਦਾ ਰਿਹਾ, ਚਲੋ ਮਹਾਂਵੀਰ ਬਾਹਰ ਲੱਗਿਆ ਜਾਂ ਆਪਣੇ ਨਾਲ, ਚਲੋ ਇੱਥੇ ਤੁਰੇ ਫਿਰਦੇ ਹੁੰਦੇ ਹਨਾ ਸਾਰੇ ਪ੍ਰੇਮ ਪਿਆਰ ਪਿਆ ਇਹਨਾਂ ਨਾਲ। ਅਤੇ ਉਹ ਇਹ ਕਿ ਜਿਹੜੀ ਜੇ ਤੁਸੀਂ ਕਹੋਗੇ ਹਾਂ ਵੀ ਇਹਨਾਂ ਵਾਂਗੂ ਨਾਲ ਰਹਿਣਾ ਵਾ ਜਾਂ ਤੁਰਨਾ ਫਿਰਨਾ, ਉਹ ਚੀਜ਼ ਜਾਣ ਕਦੀ ਵੀ ਨਹੀਂ ਹੋਣੀ। ਤੁਹਾਡਾ ਵੀ ਪਰਿਵਾਰ, ਮੈਂ ਵੀਰ ਨੂੰ ਪੁੱਛਿਆ, ਮੈਂ ਤੇਰੇ ਪਰਿਵਾਰ 'ਚ ਪਿੱਛੇ ਕਹਿੰਦਾ ਮੰਮੀ ਡੈਡੀ ਤਾਂ ਮੈਂ ਜਾਣ, ਤੂੰ ਉਹਨਾਂ ਨੂੰ ਛੱਡ ਕੇ ਤੂੰ ਇੱਥੇ ਆ ਗਿਆ, ਮੇਰਾ ਵੀਰ ਆਪਣੇ ਬਾਰੇ ਸੋਚ, ਆਪਣੇ ਪਰਿਵਾਰ ਬਾਰੇ ਸੋਚ, ਸਾਡੇ ਤੋਂ ਤੂੰ ਕੀ ਲੈਣਾ, ਸਾਡਾ ਰੋਟੀ ਫੁਲਕਾ ਵਧੀਆ ਚੱਲਣ ਡਿਆ ਹੈ ਨਾ। ਮੈਂ ਸਿਆਣੇ ਪਿੰਡੀ ਤਾਂ ਉਹਨਾਂ ਨੂੰ ਵੀਰ ਨੂੰ ਸਮਝਾ ਕੇ ਫਿਰ ਉਸ ਚੀਜ਼ ਦੀ ਸਾਨੂੰ ਫਿਰ ਟੈਨਸ਼ਨ ਕਿ ਰਾਤ ਉਹਨੇ ਇੱਥੇ ਆਇਆ, ਬੰਦੇ ਨੂੰ ਕਿੱਥੇ ਕੱਲੀ, ਅਸੀਂ ਉਹਨੂੰ ਪੁੱਛਿਆ ਵੀਰ ਨੂੰ ਕਿ ਅਸੀਂ ਤੇਰੇ ਲਈ ਕੀ ਕਰ ਸਕਦੇ, ਮੇਰਾ ਭਰਾ ਦੱਸ ਹੁਣ ਤੂੰ ਆ ਹੀ ਗਿਆ ਹੈ ਨਾ। ਫਿਰ ਉਹ ਵੀਰ ਨੂੰ ਅਸੀਂ ਤਰਨ ਤਰਨ ਛੱਡ ਕੇ ਆਏ, ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਜੇ ਤੇ ਉੱਥੇ ਹੋਟਲ ਆ ਹੋਟਲ ਲੈ ਦਿਓ, ਜੇ ਨਹੀਂ ਗੁਰਦੁਆਰੇ ਰਹਿਣਾ ਵਾ ਤਾਂ ਗੁਰਦੁਆਰੇ, ਜੇ ਮੈਂ ਇਹਨੂੰ ਛੱਡ ਕੇ ਮੇਰੇ ਵੀਰ ਨੂੰ ਥਾਂ ਟਿਕਾਣੇ ਲਾ ਕੇ ਫਿਰ ਆਏ। ਉਸ ਚੀਜ਼ ਵਿੱਚ ਅਸੀਂ ਟੈਨਸ਼ਨ 'ਚ ਪੈ ਜਾਂਦੇ ਕਿ ਬਈ ਬੰਦਾ ਕੋਈ ਸਾਡੇ ਕੋਲ ਆਇਆ ਵੀ ਰਾਤ ਨੂੰ। ਦੂਜੀ ਗੱਲ ਇਹ ਅੱਜ ਕੱਲ੍ਹ ਮਾਹੌਲ ਨਹੀਂ ਸਹੀ, ਜਾਣ ਮੇਰੀ ਕਿਸੇ ਦਾ ਤਬਾਰ ਕੋਈ ਨਹੀਂ, ਉਹ ਵੀਰ ਕਹੇ ਕਿ ਸਾਨੂੰ ਇੱਥੇ ਮੰਜਾ ਡਾਹ ਦਿਓ, ਮੈਨੂੰ ਕਹੇ ਹੁਣ ਅਸੀਂ ਇੱਥੇ ਮੰਜਾ ਡਾਹ ਦਈਏ, ਉਹਦੀ ਜੇਬ 'ਚ ਕੁਛ ਹੋਵੇ ਉਹੋ ਜਿਹੀ ਚੀਜ਼, ਮਤਲਬ ਰਾਤ ਨੂੰ ਪਿੱਛੋਂ। ਅੱਜ ਕੱਲ੍ਹ ਬੰਦੇ ਫਸਦੇ ਇੱਦਾਂ ਹੀ ਆ, ਤੈਨੂੰ ਸੱਚੀ ਗੱਲ ਦੱਸਾਂ, ਸਾਡੇ ਨਾਲ ਕਾਰਨਾਮੇ ਦੋ ਚਾਰ ਇਹੋ ਜਿਹੇ ਹੋ ਚੁੱਕੇ ਆ, ਅਸੀਂ ਕਦੀ ਉਹ ਚੀਜ਼ਾਂ ਵਲੋਗਾਂ 'ਚ ਪਾਈਆਂ ਨਹੀਂ ਆ, ਪਰ ਫਿਰ ਵੀ ਅੱਜ ਤੁਹਾਨੂੰ ਦੱਸ ਦਿੰਦਾ ਕਿ ਬੰਦੇ ਫਸਦੇ ਇੱਦਾਂ ਹੀ ਆ। ਇੱਥੇ ਮੰਨ ਲਓ ਆਇਆ ਵਾ, ਆ ਕੇ ਉਹਦੀ ਜੇਬ 'ਚ ਕੁਛ ਹੈਗਾ ਉਹੋ ਜਿਹੀ ਚੀਜ਼ ਆ, ਮਤਲਬ ਸਾਡੇ ਕੋਠੇ ਸੁੱਟਦੇ ਕਿਤੇ ਵੀ ਸੁੱਟਦੇ, ਰੱਬ ਨਾ ਕਰੇ ਹੈ ਨਾ ਰਾਤ ਨੂੰ ਸੁੱਤੇ ਪਿਆ ਜਿੱਦਾਂ ਕਹਿਣ ਡਿਆ ਮੈਨੂੰ ਮੰਜਾ ਹੀ ਡਾ ਤੂੰ, ਅਸੀਂ ਕਹਿੰਦੇ ਚੱਲ ਯਾਰ ਤੂੰ ਉੱਥੇ ਅੰਦਰ ਸੌਂ ਜਾ ਸਾਡੇ ਕੋਲ ਪੈ ਜਾ, ਰਾਤ ਉੱਨੀ ਕੀ ਹੋ ਗਈ, ਬਾਅਦ ਕੌਣ ਜ਼ਿੰਮੇਵਾਰ ਆ, ਨੁਕਸਾਨ ਇੱਦਾਂ ਹੀ ਹੁੰਦੇ, ਤਾਂ ਕਰਕੇ ਆਪਾਂ ਉਹ ਚੀਜ਼ ਹੋਣੀ ਕਿਉਂ ਦੇਣੀ ਆ, ਆਪਾਂ ਮੌਕਾ ਹੀ ਕਿਉਂ ਦੇਣਾ ਅਸੀਂ ਉਹਨੂੰ ਵੀਰ ਨੂੰ ਤਰਨ ਤਰਨ ਉੱਥੇ ਹੋਟਲ 'ਚ ਛੱਡ ਕੇ, ਅਤੇ ਪਤਾ ਨਹੀਂ ਗੁਰਦੁਆਰਾ ਸਾਹਿਬ ਦੀ ਸਰਾਂ 'ਚ ਛੱਡ ਕੇ ਆਏ ਕਿ ਹੋਟਲ ਛੱਡ ਕੇ, ਮੈਨੂੰ ਨਹੀਂ ਪਤਾ, ਮੈਂ ਕਾਲੀ ਵੀਰ ਨੂੰ ਅਤੇ ਗੋਰੀ ਨੂੰ ਘੱਲਿਆ ਇਹ ਬਾਅਦ 'ਚੋਂ ਨਾਲ, ਅਤੇ ਮੇਰੇ ਭਰਾ ਜਿੰਨੇ ਭਰਾ ਆਉਂਦੇ ਜਿੰਨੇ ਵੀ ਕਿੰਨੇ ਭਰਾ ਜਾਏ ਆਉਂਦੇ ਰਹਿੰਦੇ ਹੈ ਨਾ ਵੀਰ ਭਰਾ, ਚਲੋ ਹਰ ਇੱਕ ਟਾਈਮ ਬਲੋਗ 'ਚ ਨਹੀਂ ਛੋਟ ਪੈਂਦੇ ਕਈ ਵਾਰ, ਅਤੇ ਮੇਰਾ ਭਰਾ ਜਿੰਨੇ ਉਹਨਾਂ ਦਿਨੇ ਆ ਉਹ ਜੀ ਸਦਕੇ ਆ, ਕੋਸ਼ਿਸ਼ ਕਰੋ ਚਲੋ ਐਤਵਾਰ ਆ, ਜਿਹੜੇ ਸਕੂਲ ਵਾਲੇ ਵੀਰ ਭਰਾ ਹੈ ਨਾ ਉਹਨਾਂ ਦਾ ਚਲੋ ਮਜਬੂਰੀ ਉਹਨਾਂ ਸਕੂਲੋਂ ਬੰਕ ਬੁੰਕ ਮਾਰ ਕੇ ਆਉਣਾ ਹੁੰਦਾ, ਚਲੋ ਕੋਈ ਗੱਲ ਨਹੀਂ ਹੈ ਨਾ, ਪਰ ਫਿਰ ਵੀ ਅਸੀਂ ਕਦੀ ਘਰੇ ਨਹੀਂ ਹੁੰਦੇ ਜਾਣੇ ਮੇਰੀ, ਅੱਜ ਵੀ ਅਸੀਂ ਸ਼ਾਮਾਂ ਨੂੰ ਸਹਿ ਸੁਭਾਅ ਮੈਂ ਘਰੇ ਆ ਗਿਆ ਟਾਈਮ ਸਿਰ, ਜੇ ਸ਼ਹਿਰ ਜਾਈਏ ਨਾ ਅੰਮ੍ਰਿਤਸਰ ਟਾਈਮ ਹੀ ਨਹੀਂ ਲੱਗਦਾ ਕਿ ਛੇਤੀ ਘਰੇ ਜਾਈਏ ਨਾ, ਉੱਥੇ ਤੁਰਨ ਫਿਰਨ ਲੱਗ ਪਈ ਜਾਂ ਕਦੀ ਕੁਛ ਕਰ ਕਦੀ ਕੁਛ ਕਰਨਾ, ਕਿਹੜੇ ਕੰਮ ਹੀ ਨਹੀਂ ਮੁੱਕਦੇ, ਅਤੇ ਮੇਰਾ ਭਰਾ ਜਿੰਨੇ ਵੀ ਆਉਣਾ ਦਿਨੇ ਆ ਉਹ ਦੂਜੀ ਗੱਲ ਇਹ ਕਿ ਰਹਿਣ ਵਾਲੀ ਗੱਲ ਜੇ ਤੁਸੀਂ ਕਹਿੰਦੇ ਜੀ ਕਿ ਅਸੀਂ ਆਪਣੇ ਨਾਂ ਰੱਖ ਲਈਏ, ਉਹ ਚੀਜ਼ ਜਾਣ ਕਦੀ ਵੀ ਨਹੀਂ ਆਉਣੀ, ਸਾਡੇ ਕੋਲ ਤਾਂ ਆਪਣੇ ਬੰਦੇ ਨਹੀਂ ਸਾਂਭ ਜਾਂਦੇ ਗੋਰੀ ਹੋਣੀ ਹੈ, ਅਤੇ ਬਾਕੀ ਭਰਾ ਤੁਸੀਂ ਸਮਝਦਾਰ ਜੇ ਹੋ ਗਈ, ਇਹ ਤਾਂ ਕਦੀ ਵੀ ਨਹੀਂ ਹੋਣਾ ਜਿਹੜੀ ਚੀਜ਼ ਤੁਸੀਂ ਕਹਿਣ ਡੇ, ਕਿਉਂਕਿ ਤਬਾਹ ਹੀ ਕੋਈ ਨਹੀਂ ਅੱਜ ਦੇ ਟਾਈਮ ਦੇ ਵਿੱਚ ਕਿਸੇ ਦਾ ਹੈ ਨਾ, ਕੋਈ ਮਨ ਉੱਤੋਂ ਚਿਹਰੇ ਤੋਂ ਬੰਦੇ ਖੁਸ਼ ਆ, ਮਨ 'ਚ ਕੀ ਕਿੰਨੀ ਖਾ ਰੱਖੀ ਬੈਠਾ ਕਿਸੇ ਦਾ ਤਬਾਰ ਥੋੜ੍ਹੀ ਕੋਈ। ਜਿਹੜੇ ਭਰਾ ਤੁਸੀਂ ਮੈਨੂੰ ਕਹਿੰਦੇ ਤੁਹਾਡੇ ਨਾਲ ਸੱਜਣ ਮਿੱਤਰ ਵੀ ਆ, ਉਹਨਾਂ ਵਿੱਚੋਂ ਹੀ ਤੁਸੀਂ ਇੱਕ ਚੀਜ਼ ਵੇਖ ਲਿਓ ਕਿ ਜਿਹੜਾ ਤੁਹਾਡਾ ਕੋਈ ਖਾਸ ਵੀ ਆ ਉਹਦੇ ਮੂੰਹ 'ਤੇ ਤੁਹਾਡੇ ਨਾਲ ਵਧੀਆ ਪ੍ਰੇਮ ਪਿਆਰ ਆ, ਪਰ ਮਨ ਦੇ ਵਿੱਚ ਕੀ ਚੱਲਣ ਡਿਆ ਉਹ ਆਪਾਂ ਕਦੀ ਵੀ ਨਹੀਂ ਪੜ੍ਹ ਸਕਦੇ। ਜੇ ਆਪਾਂ ਪੜ੍ਹਨ ਡਿਆ ਫਿਰ ਤਾਂ ਆਪਾਂ ਰੱਬ ਹੀ ਗਏ, ਫਿਰ ਤਾਂ ਆਪਣਾ ਪਤਾ ਲੱਗਿਆ ਕਿ ਹਾਂ ਵੀ ਕਿਹੜਾ ਪਤਾ ਆਪਣਾ ਚੰਗਾ ਕਿਹੜਾ ਮਾੜਾ ਹੈ ਨਾ, ਤਾਂ ਕਰਕੇ ਕਿ ਆਪਣੇ ਜਿੰਨਾ ਕੁ ਆਪਾਂ ਲੋੜ ਉਨਾ ਕੁ ਆਪਾਂ ਕਿਸੇ ਨਾਲ ਵਰਤ ਸਕਦੇ ਹਾਂ, ਪਰ ਜਿੱਦਾਂ ਇਹ ਕਹਿੰਦੇ ਉਹ ਕੰਮ ਕਦੀ ਵੀ ਨਹੀਂ ਆਉਣਾ। ਬਾਕੀ ਜਾਣ ਮੇਰੀਏ ਮਿਲਦੇ ਹਾਂ ਸਵੇਰੇ ਨਵੇਂ ਵਲੋਗ ਦੇ ਨਾਲ, ਅਤੇ ਜਾਂਦੇ ਜਾਂਦੇ ਘੈਂਟ ਜਾ ਕੇ ਕਮੈਂਟ ਕਰ ਜਿਓ, ਅਤੇ ਜਿਹੜਾ ਵਲੋਗ ਵੇਖਿਆ ਨੂੰ ਲਾਈਕ ਕਰ ਜਿਓ, ਚੈਨਲ ਨੂੰ ਸਬਸਕ੍ਰਾਈਬ ਕਰ ਜਿਓ। ਬਾਏ ਬਾਏ ਮੇਰੀ ਜਾਣ, ਜਿਹਦੇ ਵੱਸਦੇ ਰਹੋ ਅਤੇ ਨਜ਼ਾਰੇ ਲਓ।